ਜਾਖੜ ਸਾਹਿਬ ਤੁਸੀਂ ਕਾਫੀ ਸਿੱਧੇ ਹੋ ਗਏ, ਕਾਫੀ ਜ਼ਿਆਦਾ ਤਿੱਖੇ ਹੋ ਗਏ, ਕਿਉਂ ਇੰਨਾ ਤਿੱਖੇ ਹੋਏ? ਉਮੀਦ ਕਿਸੇ ਨੇ ਕੀਤੀ ਨਹੀਂ ਸੀ ਜਿੰਨੇ ਵੱਡੇ ਤੁਸੀਂ ਤੌਮਤਾਂ ਤੇ ਇਲਜ਼ਾਮ ਆਪਣੀ ਪਾਰਟੀ ਦੇ ਸਾਂਸਦਾਂ ਤੇ ਲਾਤੇ। ਲਕਸ਼ਮਣ ਰੇਖਾ ਉਹਨਾਂ ਨੇ ਕ੍ਰੋਸ ਕਰ ਲਈ ਤੇ ਇਹ ਜਾ ਕੇ ਖੁਦ ਆਪਣੀ ਗਰਦਨ ਉਹਨਾਂ ਦੇ ਹੱਥ 'ਚ ਫੜਾਉਣਾ ਚਾਹੁੰਦੇ ਆ। ਇਹ ਜਿਹੜੀ ਮੰਗ ਉਹਨਾਂ ਨੇ ਗਵਰਨਰ ਕੋਲ ਲਗਾਈ ਸੀ, ਉਹ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸੀ, ਉਹ ਕੋਈ ਪਾਰਟੀ ਦੇ ਖਿਲਾਫ ਗੱਲ ਨਹੀਂ ਸੀ। ਜਿਸ ਸ਼ਾਖ ਤੇ ਬੈਠੇ ਹੋ ਉਹ ਸ਼ਾਖ ਨੂੰ ਕੱਟੀ ਜਾਂਦੇ ਹੋ। ਮੈਂ ਤਾਂ ਦਾਤ ਦੇਣਾ ਚਾਹੁੰਦਾ, ਦੇਖੋ ਅਮਿਤ ਸ਼ਾਹ ਜੀ ਨੇ ਤੇ ਉਹਨਾਂ ਨੂੰ ਤਾਂ ਤੁਸੀਂ ਦਾਤ ਦਿੱਤੀ, ਆਪਣੇ ਤਾਂ ਲੀਡਰ ਜ਼ੀਰੋ ਕਰਤੇ ਸਾਂਸਦ ਤੁਸੀਂ। ਪੂਰੇ ਹਿੰਦੁਸਤਾਨ ਦੇ ਅੰਦਰ ਅਦਰ ਦੈਨ ਬੀਜੇਪੀ ਔਰ ਦੇਅਰ ਅਲਾਈਜ਼, ਕਿਸੇ ਇੱਕ ਅਪੋਜੀਸ਼ਨ ਦੇ ਬੰਦੇ ਦੀ ਸਿਕਿਉਰਿਟੀ ਫਰੋਮ ਵਾਈ ਟੂ ਜ਼ੈਡ ਅਗਰ ਐਨਹਾਂਸ ਕੀਤੀ ਗਈ ਹੈ, ਉਹ ਸਾਡੇ ਪ੍ਰਤਾਪ ਬਾਜਵਾ ਜੀ ਹੈ। ਇਸ ਗੱਲ ਦਾ ਖਤਰਾ ਹੈ ਬਾਜਵਾ ਸਾਹਿਬ ਤੇ ਬਾਜਵਾ ਸਾਹਿਬ ਨੇ ਅੱਜ ਤਾਈਂ ਜਵਾਨ ਤਾਂ ਖੋਲੀ ਨੀ ਕਿਸੇ ਦੇ ਖਿਲਾਫ, ਸਿਰਫ ਕਾਂਗਰਸ ਦੇ ਖਿਲਾਫ ਜਵਾਨ ਖੋਲੀ ਹੈ। ਸਨੀ ਦਿਓਲ ਇਹਨਾਂ ਦੀ ਗੈਰ ਹਾਜ਼ਰੀ ਪ੍ਰਤਾਪ ਜੀ ਨੂੰ ਦਿਸਦੀ, ਸੁਨੀਲ ਕੰਡੇ ਵਾਂਗੂ ਸੂਲ ਵਾਂਗੂ ਚੁਭਦਾ ਹੈ। ਕੰਡੇ ਵਾਂਗੂ ਸੂਲ ਵਾਂਗੂ ਕਿਉਂ ਨੀ ਚੁਭੇਗਾ? ਜਦੋਂ ਸੁਨੀਲ ਜਾਖੜ ਨੇ ਐਡੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਐਡੇ ਵੱਡੇ ਇਲਜ਼ਾਮ ਲਾਤੇ, ਤਾਂ ਫਿਰ ਉਹ ਸੁਨੀਲ ਜਾਖੜ ਨੂੰ ਚੁਣਨਗੇ ਨਾ, ਉਹਨਾਂ ਨੂੰ ਸਨੀ ਦਿਓਲ ਨੂੰ ਟਾਰਗੇਟ ਕਰਕੇ ਕੀ ਮਿਲਣਾ ਹੈ? ਅਪੋਜੀਸ਼ਨ ਦਾ ਰੋਲ ਨਿਭਾਉਣਾ, ਫਿਰ ਅਪੋਜੀਸ਼ਨ 'ਚ ਜਾ ਕੇ ਬੈਠੋ ਸਾਹਿਬ। ਪਾਰਟੀ ਦੇ ਖਿਲਾਫ ਸੁਨੀਲ ਜਾਖੜ ਦੇ ਖਿਲਾਫ ਬੋਲ ਸਕਦੇ ਹੋ? ਸਰਕਾਰ ਦੇ ਖਿਲਾਫ ਤਾਂ ਤੁਸੀਂ ਨਹੀਂ ਜਾ ਸਕਦੇ, ਆਪਣੀ ਪਾਰਟੀ ਦੇ ਸਰਕਾਰ ਦੇ ਖਿਲਾਫ ਤੁਸੀਂ ਉਹਨਾਂ ਨੂੰ ਡੀਸਟੇਬਲਾਈਜ਼ ਕਰਨ ਦਾ ਤਾਂ ਮੇਰੇ ਕੋਲ ਕੋਈ ਅਧਿਕਾਰ ਨਹੀਂ। ਇਹਨੂੰ ਆਪਾਂ ਡਿਸਟੇਬਲਾਈਜ਼ ਮੰਨ ਸਕਦੇ ਹਾਂ ਵੀ ਗਵਰਨਰ ਕੋਲ ਜਾ ਕੇ ਡਿਸਟੇਬਲਾਈਜ਼ ਕਰਨਾ? ਗੁੱਸਾ ਕਿਸ ਚੀਜ਼ ਦਾ? ਦੇਖੋ ਪ੍ਰਤਾਪ ਬਾਜਵਾ ਤੇ ਸੁਨੀਲ ਜਾਖੜ ਦੇ ਵਿੱਚ ਝਗੜਾ ਕਿਸ ਚੀਜ਼ ਦਾ? ਇਹ ਉਸ ਚੀਜ਼ ਦੀ ਲੜਾਈ ਹੈ ਜੋ ਉਸ ਵਕਤ ਹੁੰਦੀ ਹੈ ਜਦੋਂ ਤੁਹਾਨੂੰ ਬਾਈ ਇਲੈਕਸ਼ਨ ਲਈ ਉੱਥੇ ਉਤਾਰਿਆ ਜਾਂਦਾ ਗੁਰਦਾਸਪੁਰ ਤੋਂ, ਤੁਸੀਂ ਉੱਥੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਹੋ ਅਤੇ ਮੁੱਖ ਮੰਤਰੀ ਜਾ ਕੇ ਪਿਛਲੇ ਚੋਣਾਂ ਦੇ ਵਿੱਚ ਐਲਾਨ ਕਰਕੇ ਆਉਂਦੇ ਵੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਜਾਂ ਪੰਜਾਬ ਦਾ ਮੁੱਖ ਮੰਤਰੀ ਸੁਨੀਲ ਜਾਖੜ ਹੋ ਸਕਦਾ ਹੈ। ਤੁਸੀਂ ਮੇਰੇ ਮੂੰਹ ਕਦੇ ਜਦੋਂ ਵੀ ਇਹਨਾਂ ਨੇ ਚਿੱਠੀਆਂ ਪੱਤਰੀਆਂ ਲਿਖੀਆਂ ਇੱਕ ਵਾਰੀ ਵੀ ਇਹਨਾਂ ਦੇ ਖਿਲਾਫ਼ ਕੋਈ ਗੱਲ ਸੁਣੀ? ਤੁਹਾਡੇ ਖਿਲਾਫ਼ ਕਿਹੜਾ ਉਹਨਾਂ ਨੇ ਦਿੱਤੀਆਂ ਕਰੇ? ਉਹ ਤਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਸਵਾਲ ਚੁੱਕ ਰਹੇ ਸੀ। ਕਹਿ ਰਹੇ ਸੀ ਹੁਣ ਜਾ ਕੇ ਸੋਨੀਆ ਜੀ ਨੂੰ ਮਿਲਾਂਗੇ, ਸੋਨੀਆ ਜੀ ਨੂੰ ਪਹਿਲਾਂ ਜਾ ਕੇ ਮਿਲਣ ਦੇ, ਕਹਿੰਦੇ ਅਮਿਤ ਸ਼ਾਹ ਜੀ ਨੂੰ ਜਾ ਕੇ ਮਿਲਾਂਗੇ। ਅਮਿਤ ਸ਼ਾਹ ਜੀ ਨੂੰ ਕਿਉਂ ਜਾ ਕੇ ਮਿਲਣਗੇ ਸਾਹਿਬ? ਤੁਸੀਂ ਵੀ ਤਾਂ ਇੱਕ ਲਕਸ਼ਮਣ ਰੇਖਾ ਪਾਰ ਕੀਤੀ ਨਾ? ਮੈਂ ਸਭ ਮੇ ਬੀ ਆਈ ਐਮ ਰੋਂਗ, ਆਈ ਵਿਲ ਅਪੋਲੋਜਾਈਜ਼, ਆਈ ਵਿਲ ਸਟੈਪ ਡਾਊਨ ਇਫ ਦੈਟ ਇਜ਼ ਦ ਰਿਕੁਆਇਰਡ, ਬਟ ਜਿਹੜੀ ਰਿਪੋਰਟ ਮੈਂ ਭੇਜੀ ਹੈ ਆਈ ਵਿਲ ਡਿਫੈਂਡ ਇਟ। ਕੀ ਰਿਪੋਰਟ ਭੇਜੀ ਤੁਸੀਂ ਜੀ? ਆਈ ਜੋ ਤੁਸੀਂ ਪ੍ਰੈਸ ਕਾਨਫਰੰਸ ਕਹੀ ਸਟ੍ਰਿਕਟ ਐਕਸ਼ਨ ਨਾਲ ਤੇ ਲਿਆ ਜਾਵੇ, ਦੇ ਸ਼ੁੱਡ ਬੀ ਸ਼ੋਨ ਦਾ ਡੋਰ। ਅਗਰ ਅੱਜ ਵੀ ਇਹ ਡਿਸਕੁਆਲੀਫਾਈ ਨਹੀਂ ਹੁੰਦੇ ਫਿਰ ਕਦੋਂ ਹੋਣਗੇ? ਦੇ ਸ਼ੁੱਡ ਬੀ ਡਿਸਕੁਆਲੀਫਾਈਡ। ਪਾਰਟੀ ਤੇ ਸਰਕਾਰ ਦੇ ਵਿੱਚ ਆਪਾਂ ਕਿਹੜੀ ਲਾਈਨ ਡਰਾ ਕਰਦੇ ਹਾਂ ਉਹਦਾ ਮਤਲਬ ਕੀ ਹੁੰਦਾ? ਮੈਂ ਤੁਹਾਨੂੰ ਤਾਂ ਪਾਰਟੀ ਮੰਨ ਕੇ ਚੱਲ ਰਿਹਾ, ਯੂ ਆਰ ਨਾਟ ਦੀ ਗਵਰਨਮੈਂਟ, ਯੂ ਆਰ ਨਾਟ ਕੈਪਟਨ ਅਮਰਿੰਦਰ ਸਿੰਘ। ਦੇਖੋ ਰਾਜ ਧਰਮ ਵੀ ਕੋਈ ਚੀਜ਼ ਹੁੰਦਾ ਨਾ, ਪਾਰਟੀ ਪ੍ਰਤੀ ਗੱਲ ਇੱਕ ਰਾਜ ਧਰਮ ਹੁੰਦਾ ਹੈ। ਠੀਕ ਹੈ, MP ਹੈ ਆਪਾਂ, ਕੋਈ ਮੁੱਖ ਮੰਤਰੀ ਨਹੀਂ ਹੋ, ਕੋਈ ਪ੍ਰਧਾਨ ਮੰਤਰੀ ਨਹੀਂ, ਲੇਕਿਨ ਰਾਜ ਧਰਮ ਕੀ ਕਹਿੰਦਾ ਹੈ? ਜਦੋਂ ਐਸੇ ਵੱਡੇ ਤ੍ਰਾਸਦੀ ਹੋ ਗਈ, ਇਸ ਮੁੱਦੇ ਨੂੰ ਕਿਵੇਂ ਕੀ ਫਾਈਨਲ ਕੋਰਟ ਪਾਰਟੀ ਹੈ? ਬਿਲਕੁਲ ਬਿਲਕੁਲ, ਉਹਨਾਂ ਦੇ ਮਸਲੇ ਦੇ ਅੰਦਰ ਜਿਹੜੇ ਰਾਜ ਸਭਾ 'ਚ ਬੈਠੇ ਹੈ, ਜਿਹੜੇ ਰਾਜ ਸਭਾ ਦਾ ਸੁੱਖ ਮਾਣ ਰਹੇ ਹੈ, ਉਹਨਾਂ ਦਾ ਤਾਂ ਫੋਰਮ ਹੀ ਪਾਰਟੀ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਵਰਲਡ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਿਤੇਸ਼ ਲੱਖੀ ਅਤੇ ਅੱਜ ਸਾਡੇ ਨਾਲ ਇੱਕ ਬਹੁਤ ਹੀ ਖਾਸ ਮਹਿਮਾਨ ਚਰਚਾ ਕਰਨਗੇ ਪੰਜਾਬ ਦੇ ਇਸ ਵਕਤ ਦੇ ਬਹੁਤ ਹੀ ਪੱਖਵੇਂ ਮੁੱਦੇ ਉੱਤੇ। ਅਸੀਂ ਗੱਲ ਕਰ ਰਹੇ ਹਾਂ ਜ਼ਹਿਰੀਲੀ ਸ਼ਰਾਬ ਦੇ ਚੱਲਦਿਆਂ ਜਿਹੜੀਆਂ ਮੌਤਾਂ ਹੋਈਆਂ, ਉਸ ਨੂੰ ਲੈ ਕੇ ਜਦੋਂ ਕਿ ਸਿਆਸਤ ਸਿਖਰਾਂ 'ਤੇ ਹੈ, ਉਸ ਲਾਣ, ਉਸ ਜ਼ਹਿਰੀਲੀ ਲਾਣ ਦੀਆਂ ਸਿਆਸੀ ਲਾਹਨਤਾਂ ਉੱਤੇ ਗੱਲ ਕਰਾਂਗੇ ਸਾਡੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ। ਬਹੁਤ ਬਹੁਤ ਸਵਾਗਤ ਹੈ ਜਾਖੜ ਸਾਹਿਬ। ਥੈਂਕ ਯੂ ਲਖੀ ਸਾਹਿਬ। ਦਰਸ਼ਕਾਂ ਨੂੰ ਦੱਸ ਦਈਏ ਵੀ ਜਾਖੜ ਸਾਹਿਬ ਨੇ ਬੀਤੇ ਦਿਨੀ ਇੱਕ ਬਹੁਤ ਹੀ ਤਿੱਖਾ ਹਮਲਾ ਆਪਣੀ ਪਾਰਟੀ ਦੇ ਦੋ ਸਾਂਸਦਾਂ ਉੱਤੇ ਬੋਲਿਆ, ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋ। ਇਹਦੇ ਪਿੱਛੇ ਦੀ ਇੱਕ ਲੰਬੀ ਚੌੜੀ ਸਿਆਸਤ ਰਹੀ ਹੈ। ਲੇਕਿਨ ਜਾਖੜ ਸਾਹਿਬ, ਤੁਸੀਂ ਕਾਫੀ ਸਿੱਧੇ ਹੋ ਗਏ, ਮੈਂ ਕਹਾਂਗਾ ਆਪਣੀ ਪਾਰਟੀ ਦੇ ਸਾਂਸਦਾਂ ਨਾਲ ਕਾਫੀ ਜ਼ਿਆਦਾ ਸਿੱਧੇ ਹੋ ਗਏ, ਕਾਫੀ ਜ਼ਿਆਦਾ ਤਿੱਖੇ ਹੋ ਗਏ। ਕਿਉਂ ਇੰਨਾ ਤਿੱਖੇ ਹੋਏ? ਉਮੀਦ ਕਿਸੇ ਨੇ ਕੀਤੀ ਨਹੀਂ ਸੀ ਜਿੰਨੇ ਵੱਡੇ ਤੁਸੀਂ ਤੌਮਤਾਂ ਅਤੇ ਇਲਜ਼ਾਮ ਆਪਣੀ ਪਾਰਟੀ ਦੇ ਸਾਂਸਦਾਂ 'ਤੇ ਲਾਤੇ। ਲਾਣੇ ਜ਼ਰੂਰੀ ਸੀ ਇਸ ਹਾਲਾਤ ਦੇ ਵਿੱਚ ਬਣਦੇ ਸੀ? ਦੇਖੋ, ਸਾਡੇ ਪਾਰਟੀ ਦੇ ਬੜੇ ਸੀਨੀਅਰ ਲੀਡਰ ਹੈ ਦੁੱਲੋ ਸਾਹਿਬ ਵੀ ਅਤੇ ਪ੍ਰਤਾਪ ਜੀ ਵੀ, ਦੋਨੋਂ ਪਾਰਟੀ ਦੇ ਪੰਜਾਬ ਕਾਂਗਰਸ ਦੇ ਅਧਿਅਕਸ਼ ਵੀ ਰਹੇ ਹੈ, MLAs ਰਹੇ ਹੈ ਦੋਨੋਂ, ਇੱਥੇ ਪੰਜਾਬ ਦੇ ਅੰਦਰ ਵਜ਼ੀਰ ਵੀ ਰਹੇ ਹੈ, ਲੋਕ ਸਭਾ ਦੇ ਅੰਦਰ ਵੀ ਪ੍ਰਤਾਪਪੁਰਾ ਨੇ ਕੀਤੀ ਹੈ ਕਾਂਗਰਸ ਦੀ ਨੁਮਾਇੰਦਗੀ। ਹੁਣ ਰਾਜ ਸਭਾ 'ਚ ਦੋਨਾਂ ਨੂੰ ਰਾਹੁਲ ਜੀ ਨੇ ਅਤੇ ਮੈਡਮ ਸੋਨੀਆ ਗਾਂਧੀ ਨੇ ਨਵਾਜਿਆ ਹੈ, ਬੜੇ ਸੀਨੀਅਰ ਲੀਡਰ ਹੈਗੇ, ਮੇਰੇ ਤੋਂ ਕਾਫੀ ਪਹਿਲਾਂ ਤੋਂ ਰਾਜਨੀਤੀ 'ਚ ਹੈਗੇ। ਪਰ ਜਦੋਂ ਕਿਸੇ ਨੂੰ ਆਪਾਂ ਸੀਨੀਅਰ ਕਹਿੰਦੇ ਹਾਂ, ਉਹ ਸੀਨੀਅਰਿਟੀ ਦੇ ਨਾਲ ਕੁਝ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ।
इन्होंने अपने कई काफ़ी अरसे तो जोड़े खदसे कई इशूज़ में लैके वैसे तो पंजाबी जिन्होंने कहें भी चूंडियाँ वंडन वाला काम कई अरसे तो चल रहा है, चिट्ठी पत्री वाला काम, चिट्ठी आई है तीजे एक दिन कोई ना कोई चिट्ठी लिख रहे थे, तो उस समय भी बार बार मैं इन्ह गलों सवाल पूछे गए। मैं कहा भी दोनों बड़े सीनियर लीडर है, मेरे तो ज़्यादा कांग्रेस पार्टी का संविधान समझते है, उनकी मर्यादावान समझते है, वह डिसिप्लिन समझते है, तो मैं मनता भी जिते कि भी इन्हों की कोई हैगी कोई खदसे वो कांग्रेस हाईकमांड नाल डिस्कस कर लैन, अगर चीफ मिनिस्टर साहब नाल उन्हां दी कोई डिफरेंसिज है, सुनील नाल नहीं गल करना चाहते, वो अपने जाके मिसिज गांधी नाल या राहुल जी नाल, अहमद पटेल बैठे है, वेणुगोपाल जी बैठे है, अंबिका सोनी जी पंजाब दे इन्ने सीनियर लीडर बैठे है, अपने जाके उत्थे डिस्कस कर लैन। बट आ जिहड़ा परसों होया है जदों गवर्नर साहब कोल गए, लखी जी तुसीं समझो इस गल नूं समझदे हो, एक लिमिट हुंदी है जिन्हों कहते हैं लक्ष्मण रेखा, अज जदों आपां राम मंदिर की अज उन्होंने शिलान्यास किया है, वो कंटेक्सट भी देख लो लक्ष्मण रेखा उन्होंने क्रॉस कर ली, गवर्नर को सारी दुनिया ही जाती है, गवर्नर को रिप्रजेंटेशन लैके जाते रहे, अपनी पार्टी के खिलाफ नहीं लैके, अपनी पार्टी के खिलाफ तुम एनफोर्समेंट डायरेक्टरेट की रेड इन्वेस्टिगेशन मंग रहे हो, अपनी पार्टी के खिलाफ सी बी आई की इनकुआरी मंग रहे हो, उस सी बी आई की इनकुआरी मंग रहे हो। लखी जी मैं एक आई डोंट नो हाउ मच टाइम अपने को कितना समय है, मैं तो जिक्र पहला कर चुके हैं, उसी सी बी आई की इनकुआरी मंग रहे हैं जी, तो आप बेदबी के केस वापस नहीं लिया, वापस नहीं नहीं वापस ले नहीं, उन्होंने तीन बारी की क्लोजर रिपोर्ट देती, बेअदबी का केस जिहड़े उन्होंने, देखो अगर तुम पिछोकड़ देखो सी बी आई का, इट इज नॉट वेरी प्रोमिसिंग, दूजा अगर देखो इन लार्जर कॉन्टेक्सट, क्योंकि यह दोनों सीनियर कहते हैं अपर हाउस हाउस ऑफ सीनियर जिहड़े साडे सीनियर हैगे पोलीटिशन हिंदुस्तान के, राज्यसभा बैठते हैं, तो दे शुड अंडरस्टैंड इट मोर, उन्होंने मेरे तो ज़्यादा समझ है भी अज के कॉन्टेक्स के अंदर जदों केंद्र सरकार अपने सारी कोऑपरेटिव फैडरलिज्म छड़ के सारे मसले के उत्ते काबू हो जा रही है, सूबों के अख्तियार खोण की कोशिश किए जा रहे, हूँ तो डिजास्टर मैनेजमेंट एक्ट ला के जमा ही नहीं बेड़ता, अदरवाइज जी एस टी लै लो या जो हूँ काले कानून खेती ढांचा उसते काबू हो रहे, यह जाके खुद अपनी गर्दन उन्होंने हाथ च फड़ाना चाहते हैं, की एडी गल होगी। दूजी गल क्यों मैं समझना, देखो हरेक अज उन्होंने जी प्ली ली, उन्होंने कहा भी असी लोगों के इशू चकीए ना के डिसिपलिन लैके, बिल्कुल थोड़ा फर्ज बनता इशू चकना चकने चाहिए भी सके, पर मैं पूछना चाहना लखी जी, मैं पहला भी जिथे कि भी गल हुई भी चार साल तो ज़्यादा करीबन समय हो गया इन्हों राज्यसभा बैठे ने, किन्ने एक इशू चके हैं, इन्होंने पंजाब का कहड़ा इशू चके, छोड़ो तुम 370 हटाती उन्होंने छोड़ो, तुम आ जी नैशनल एजुकेशन पॉलिसी आई है इनू छोड़ो भी कल हो सकता पंजाबी दे मगर पै जाण, जिस तरह आर एस एस ही करन हो रहा है, सारे जाके सवेरे कह देण भी पंजाब दे अंदर पंजाबी नहीं पढ़न देंगे, जे जम्मू कश्मीर नू स्टेट तो तोड़ के यूटी बना सकते हैं तो कल पंजाब का भी नंबर लग सकता, कोई भी मिनोरिटी जी कम्यूनिटी है अज हिंदुस्तान के अंदर सुरक्षित नहीं, वो शायद इन्हों के वो मसले समझ तो बाहर की गल है या कि बोले नहीं, छोड़ो उन्होंने गलों इनफोर्समेंट डायरेक्टरेट से आ जाओ भी जी गल वास्ते कहें भी असं इनफोर्समेंट डायरेक्टरेट की इनकुआरी मंगी है। चलो गए जी इनफोर्समेंट डायरेक्टरेट की, तो एक बहुत वड्डी जी फेमस या इनफेमस इनकुआरी इतने पेंडिंग पई है, किन्ने सालों तो पेंडिंग पई है, तीन साल साढ़े तीन साल तक कांग्रेस की सरकार हो गए, उस तो पहला साल डेढ़ साल निरंजन सिंह जी की मैं गल कर रहा जिन्हों को चिट्टे दे नशे नू लैके मगरमच्छा नू पकड़न दी जिहड़ी इनक्वायरी चली सी वो बंद पई है। मैं पुछना चाहना दोनों बड़े सत्कारयोग है मेरे, बड़े करड़े मन नाल मैं कहा भी इन्हां नू कढ़ो, दुल्लो साहब ते पाजवा साहब इन्होंने किन्नी वारी राज्यसभा च जाके यह गल चकी है भी वो इनकुआरी खोलो ताकि पंजाब की जवानी नू बचाया जा सके, जिहड़े इहदे जिम्मेवार सी उन्हां ते उन्हां दी नत्थ पई जावे, एक बार कह देण भी असीं जाके गल चकी सी, हुण कहिंदे आ भी सी जाके अमित शाह जी नू मिलांगे प्रधानमंत्री नू मिलांगे, किते गए अमित शाह जी कोल, किते गए प्रधानमंत्री कोल उस इनफोर्समेंट डायरेक्टरेट नू लैके, सीबीआई दी गल कर लो जिहड़ी आपां हुणे गल करके हटे आ भी पंजाब विधानसभा ने मता पास करता यूनानिमसली जी जी भी आ वापस ले जाण पंजाब सरकार नू इनवेस्टिगेट करूगी, इन्हां ने एक दिन भी किते जाके कोशिश कीती भी आ दिओ ताकि असी बेअदबी दे जिहड़े गुनाहगार है उन्हां नू पकड़िए, असी बहबल कलां दे जनरल डायर है उन्हां नू पकड़िए, किते उहदी गल नहीं कीती, चलो यह भी एक पासे रख दिओ, पंजाब दे पक्ष दी कीहड़ी गल इन्हां ने उत्थे कीती है। देख सुनी जी मेरा इत्थे एक छोटा जिहा इंटरवेंशन है बिफोर यू गो अहेड,
मेरा पॉइंट यह खड़ा होंगे भी वह गवर्नर को गए, राज्यपाल को मेमोरेंडम दिता, उन्होंने सरकार की कार्रवाई एडा वड्डे त्रासदी पंजाब विच हो जाती है, सैकड़ा मौतां हो जांदियां ने। ये मौतां उस वक्त होंदियां जदों शमशेर सिंह दुल्लो मुख्यमंत्री नूं चिट्ठी लिखते हैं, शराब के माफिया की गल करते हैं, जिक्र करते हैं, खन्ने ते राजपुरे दियां फैक्ट्रियां दा उस च बखाण हुंदा है। उस तो बाद मुख्यमंत्री साहब तो यह सवाल प्रेस कॉन्फ्रेंस जदों पूछा जाता है तो वो एक तरीके नाल हासे छुड़ा देंदे ने शमशेर सिंह दुल्लो की गलबात, या वे कह देंदे ने भी प्रताप सिंह बाजवा। हुण मुद्दा यह बनता भी तुसीं तां एक इंपोर्टेंट कड़ी हो पार्टी दे विच ते सरकार दे विच, इह जिहड़ी मंग उन्होंने गवर्नर को लगाए सी वो सरकार की कारगुजारी के उत्ते सी, वो कोई पार्टी के खिलाफ गल नहीं सी, जे मैं मोटी गल समझदा। इट इज़ एन इशू विच कैन बी टेकन एज ए गवर्नमेंट एंड पार्टी हैव टू बी सीन डिफरेंटली। हुण इत्थे क्यों हो रहा है भी जे गवर्नमेंट नूं उन्होंने सवाल चुकया तो पार्टी प्रधान इन्ना उन्होंने खिलाफ गल कर गए, तुसीं तो बड़ी गल्लां करती लक्ष्मण रेखा तो एक पार ऐदा होया भी तुसीं भी करते, तुसीं भी इंसिनुएट करता भी बीजेपी अमित शाह सिक्योरिटी बढ़ाती। फॉर माई नॉलेज एक पूछ रहा भी तुम किन्ने इशू चुके है जेडे अज पंजाब का इन्ना थोनू तुसी अपने उस थाली दे विच जेडे मैं वर्ड इस्तेमाल किए उस थाली छेक कर रहे हो जिस चे तुसी थोनू राज्यसभा दे नाल नवाजे पर मध्य प्रदेश दे अंदर जो कुछ वापर जो कुछ राजस्थान च हो रहा है ते अज तके दे नाल तुसी जाके होया की है बड़ी वड्डी तुसी बड़ी वड्डी आई वुड अंग्रेजी च मैं कहां यू हैव कास्ट अ वेरी सीरियस एस्पर्शन बड़ी सीरियस एस्पर्शन कास्ट की है जेडे तुसी उन्होंने बीजेपी हां आई एम गोइंग बाय लॉजिक आई डू नॉट ब्लेम बीजेपी साहब दे आर देखो साडे राजनीतिक विरोधी है बिल्कुल मैं अज तक थोड़ी थोड़े इस बयान तो बाद जिले इकाइयां दे भी लीडरां ने प्रेस कॉन्फ्रेंसा करके दुल्लो साहब ते प्रताप बाजवा नूं कहना शुरू करता भी बीजेपी दी झोली च बैठे ने नहीं साहब मैं इस बिना किसी तथ्यां दे नाल मे बी आई एम रॉन्ग आई will apologize I will step down if that is the required but main bina kise tath de aadhar te gal nahi karda main is karke puch reha bhi if it was not a kind of a premeditated attempt to destabilize congress government in punjab kinne ek issue unna ne chakke hai sahab oh hi main keh reha bhi sade gst de bakaya paye sige pratap ji ne ek din ja ke kithe gal kiya hoye bhi sita raman ji nu mile hon pradhan mantri nu mile hon bhi punjab da paisa bakaya paya de dio कोविड कोरोना वास्ते भी सानू एडिशनल फंड की लोड़ है दे दिओ तुसी उन्होंने जिहड़ा जिन्हों मैं लक्ष्मण रेखा कह रहा हाँ तो आ गल होगी भी आपां कहीए भी पंजाब सॉरी पंजाब ते हरियाणा के अंदर SYL का झगड़ा चल रहा है निबड़ नहीं रहा असी उन्हां दी सरकार है असी प्रधानमंत्री नूं कह रहे प्रधानमंत्री साहब तुसी इंटरवेन करो उत्थे तां ही तां ठीक पर जे आपसी साढ़े सूबियां दे असले जाके साढ़े चो इक जाके इमरान खान नूं कहण लग जे जी तुसी आयो इंटरवीन करो साढ़े तां मिट निबड़दा नहीं असी निबेड़ दिंदे आ तुसी आ जाओ यू आर इनवाइटिंग योर पोलिटिकल अपोनेंट यू आर ट्राइंग टू डिस्टेबलाइज लोकां दी चुनी हुई सरकार जिस थाली च जिस शाख ते बैठे हो शाख नूं कट्टी जांदे हो लेकिन दिस इज नॉट अ लाफिंग मैटर जिहड़ी गल मैं क्यों कह रहा बीजेपी दी मैं तां उन्हां नूं ब्लेम नहीं कर रहा मैं तां दाद देना चाहना देखो अमित शाह जी नूं बिकॉज अमित शाह जी बीमार है दो तीन दिनों तो जिहड़ा पॉजिटिव आन करके मैं उन्हां दी सेहत की कामना करदा लंबी उम्र होवे पोलीटिकल डिफरेंसिज चलते रहिंदे है पोलीटिकल डिफरेंसिज हैगे भी बट बंदे नूं जिथे चाहे साडा विरोधी भी हुण दाद देनी चाहिए है यू गिव क्रेडिट वेयर इट इज ड्यू नहीं उन्हां नूं तां तुसीं दाद देती अपने तां लीडर जीरो करते सांसद तुसीं ये गल कह के भी जी चार सिक्योरिटी गार्डां दे पिछे ऐसी एडी वड्डी मैनूवरिंग हो रही है या मैनीपुलेशन हो रही है इहदा मतलब है भी तुसीं भी तां इक लक्ष्मण रेखा पार कीती ना मैं सब मैनूं उहदा एक्सप्लेन कर देण डॉक्टर मनमोहन सिंह ओह कल्ले फखरे कौम नहीं साहब ना ही ओह फखरे पंजाब या फखरे हिंदी ही फखरे जहां ਉਹਨਾਂ ਵਰਗਾ ਬੰਦਾ ਸਦੀਆਂ 'ਚ ਕਿਤੇ ਕੋਈ ਉੱਭਰ ਕੇ ਸਾਹਮਣੇ ਆਉਂਦਾ ਹੈ ਹੀ ਹੈਜ਼ ਪ੍ਰੂਵਡ ਹਿਮਸੈਲਫ ਬਿਯੋਂਡ ਐਨੀ ਮਤਲਬ ਹੀ ਇਜ਼ ਇਨ ਅ ਡਿਫਰੈਂਟ ਸਟੈਟੋਸਫੀਅਰ ਐਂਡ SPG ਜਿਹੜੀ ਬਣੀ ਸੀ ਸਿਕਿਉਰਿਟੀ ਪ੍ਰਾਈਮ ਮਿਨਿਸਟਰਸ ਔਰ ਫਾਰਮਰ ਪ੍ਰਾਈਮ ਮਿਨਿਸਟਰਸ ਨੂੰ ਸਿਕਿਉਰਿਟੀ ਦੇਣ ਵਾਸਤੇ ਉਹਨਾਂ ਦੀ ਸਿਕਿਉਰਿਟੀ ਵਿਦਡਰਾਅ ਕਰਕੇ ਡਾਊਨਗ੍ਰੇਡ ਕਰਤੀ ਸੋਨੀਆ ਜੀ ਦੀ ਸਿਕਿਉਰਿਟੀ ਵਿਦਡਰਾਅ SPG ਵਿਦਡਰਾਅ ਕਰ ਲਈ ਸਿਕਿਉਰਿਟੀ ਦੇ ਕੇ ਉਹ ਵੀ ਡਾਊਨਗ੍ਰੇਡ ਕਰਤੀ ਰਾਹੁਲ ਜੀ ਦੀ ਸਿਕਿਉਰਿਟੀ ਵਿਦਡਰਾਅ ਕਰਤੀ ਡਾਊਨਗ੍ਰੇਡ ਪ੍ਰਿਯੰਕਾ ਗਾਂਧੀ ਉਹਨਾਂ ਦੀ ਸਿਕਿਉਰਿਟੀ ਡਾਊਨਗ੍ਰੇਡ ਕਰਤੀ ਪੂਰੇ ਹਿੰਦੁਸਤਾਨ ਦੇ ਅੰਦਰ ਅਦਰ ਦੈਨ BJP ਔਰ ਦੇਅਰ ਅਲਾਈਜ਼ ਕਿਸੇ ਇੱਕ ਅਪੋਜੀਸ਼ਨ ਦੇ ਬੰਦੇ ਦੀ ਸਿਕਿਉਰਿਟੀ ਫਰੋਮ Y ਟੂ Z ਅਗਰ ਐਨਹਾਂਸ ਕੀਤੀ ਗਈ ਹੈ
ਉਹ ਸਾਡੇ ਪ੍ਰਤਾਪ ਬਾਜਵਾ ਜੀ ਹੈ। ਵਾਹਿਗੁਰੂ ਸਾਹਿਬ। ਮੈਂ ਦੇਖੋ ਮੈਂ ਦੇਖੋ ਅੱਜ ਅੱਜ ਮੈਂ ਕਿਹਾ ਨਹੀਂ ਮੈਂ ਤੁਹਾਡੇ ਤਕਲੀਫ ਹੈ ਕਿ ਵਾਈ ਟੂ ਜ਼ੈਡ ਹੋਈ ਇਹਦੀ ਇਹ ਆਪਾਂ ਪਾਰਟੀ ਲੈਵਲ ਤੇ ਬਾਜਵਾ ਸਾਹਿਬ ਨੂੰ ਇਤਰਾਜ਼ ਕਰ ਸਕਦੇ ਸੀ, ਕਹਿ ਸਕਦੇ ਸੀ ਜਦੋਂ ਤੁਹਾਡੇ ਲੀਡਰਸ਼ਿਪ ਦੀ ਸਿਕਿਉਰਿਟੀ ਡਾਊਨਗ੍ਰੇਡ ਕਰਦੀ ਤੁਸੀਂ ਵੀ ਹਟਵਾਓ, ਇਹ ਗੱਲਾਂ ਆਪਾਂ ਵੀ ਚੁੱਕ ਸਕਦੇ ਸੀ ਕਿਉਂ ਕਰ ਅਸੀਂ ਤਾਂ ਨਾਜ਼ੁਕ ਟਾਈਮ ਤੇ ਗੱਲਾਂ ਕਰ ਚੁੱਕੇ ਹਾਂ। ਮੇਰਾ ਕਹਿਣ ਦਾ ਭਾਵ ਹੈ ਵੀ ਅਸੀਂ ਤੁਹਾਡੇ ਰਾਹੀਂ ਵੀ ਮੈਂ ਕਰੂੰਗਾ, ਕੱਲ ਮੈਂ ਫਾਰਮਲੀ ਵੀ ਲੈਟਰ ਲਿਖੂੰਗਾ ਸੀਐਮ ਸਾਹਿਬ ਨੂੰ ਵੀ ਲਿਖੂੰਗਾ, ਉੱਤੇ ਅਗਰ ਨਹੀਂ ਪਤਾ ਲੱਗਦਾ ਆਏ ਮੈਂ ਬਾਜਵਾ ਜੀ ਨੂੰ ਰਿਕੁਐਸਟ ਕਰੂੰਗਾ ਵੀ ਉਹ ਜਨਤਕ ਕਰਨ ਵੀ ਕਿਹੜੀ ਚਿੱਠੀ ਉਹਨਾਂ ਨੇ ਅਮਿਤ ਸ਼ਾਹ ਜੀ ਨੂੰ ਲਿਖੀ, ਕਿਸ ਗੱਲ ਦਾ ਖਤਰਾ ਹੈ ਬਾਜਵਾ ਸਾਹਿਬ ਨੂੰ ਵੀ ਬਾਜਵਾ ਸਾਹਿਬ ਨੇ ਅੱਜ ਤਾਈਂ ਜਵਾਨ ਤਾਂ ਖੋਲੀ ਨਹੀਂ ਕਿਸੇ ਦੇ ਖਿਲਾਫ, ਸਿਰਫ ਕਾਂਗਰਸ ਦੇ ਖਿਲਾਫ ਜਵਾਨ ਖੋਲੀ ਹੈ, ਨਾ ਅੱਜ ਤਾਈਂ ਕਦੀ ਉਹ ਕਾਲਾ ਕਾਨੂੰਨ ਆਇਆ ਜਿਹੜੇ ਪੂਰਾ ਖੇਤੀਬਾੜੀ ਆਰਡੀਨੈਂਸਿਸ ਲਵੇ ਕਾਲਾ ਕਾਨੂੰਨ ਕਹਿੰਦਾ ਸਾਹਿਬ ਇਹਨੂੰ ਵਪਾਰੀਕਰਨ ਕਰਨ ਲੱਗੇ, ਆਰਡੀਨੈਂਸਿਸ ਦੇ ਬਾਰੇ ਤੁਸੀਂ ਕਹਿ ਰਹੇ ਪ੍ਰਤਾਪ ਬਾਜਵਾ ਨਹੀਂ ਬੋਲੇ, ਬਿਲਕੁਲ ਨਹੀਂ ਬੋਲੇ ਸਾਹਿਬ, ਸਾਰਾ ਪੰਜਾਬ ਸੜਕਾਂ ਤੇ ਖੜਾ ਸੀ, ਸਾਰੇ ਇਦਾਰੇ ਸੜਕਾਂ ਤੇ ਖੜੇ ਸੀ, ਟਰੈਕਟਰ ਲੈ ਕੇ ਖੜੇ ਸੀ, ਕੌਣ ਬੰਦੇ ਚੁੱਪ ਸੀ? ਜਾਖੜ ਸਾਹਿਬ ਆਰ ਯੂ ਸ਼ੋਰ ਕਿ ਤੁਸੀਂ ਆਪਣੇ ਫੈਕਟਸ ਤੇ ਕਰੈਕਟ ਹੋ? ਆਈ ਐਮ ਵੈਰੀ ਕਰੈਕਟ ਸਰ, ਬਿਕੋਜ਼ ਦੇਖੋ ਇਹ ਤਾਰੀਖ ਦੀ ਗੱਲ ਹੈਗੀ ਹੈ, ਬਿਕੋਜ਼ ਆਲ ਥੀਸ ਥਿੰਗਸ ਆਰ ਸਬਜੈਕਟ ਟੂ ਸਕ੍ਰੂਟਨੀ ਆਲਸੋ, ਬਿਲਕੁਲ ਐਵਰੀਥਿੰਗ ਇਜ਼ ਅੰਡਰ, ਆਈ ਐਮ ਆਲਵੇਜ਼ ਅੰਡਰ ਸਕ੍ਰੂਟਨੀ ਸਰ, ਬਿਕੋਜ਼ ਆਈ ਹੈਵ ਆਲਵੇਜ਼ ਲਿਵਡ ਇਨ ਸੱਚ ਅ ਪੋਜੀਸ਼ਨ ਵੇਅਰ ਆਈ ਐਮ ਆਲਵੇਜ਼। ਤੁਸੀਂ ਜਿਹੜੀ ਆਰਡੀਨੈਂਸਿਸ ਦੀ ਗੱਲ ਕੀਤੀ ਮੈਨੂੰ ਯਾਦ ਆ ਰਿਹਾ ਕਿਉਂਕਿ ਇਹਨਾਂ ਨੇ ਚਿੱਠੀਆਂ ਲਿਖੀਆਂ ਚੁੱਕੇ ਸੀਗੇ ਮੁੱਦੇ, ਹੁਣ ਮੈਨੂੰ ਨਹੀਂ ਪਤਾ ਉਹ ਮੇਬੀ ਇਟ ਸਕਿਪਸ ਦਾ ਮੈਮਰੀ, ਫੋਰਮ ਵੇਅਰ ਇਟ ਇਜ਼ ਰਿਕੁਆਇਰਡ ਦੇ ਹੈਵ ਨਾਟ ਰੇਜ਼ਡ ਐਨ ਇਸ਼ੂ, ਦੇ ਹੈਵ ਕਿਸੇ ਬੀਜੇਪੀ ਦੇ ਮੁੱਦੇ ਤੇ ਇਹਨਾਂ ਨੇ ਬੀਜੇਪੀ ਨੂੰ ਕਨਫਰੰਟ ਨਹੀਂ ਕੀਤਾ। ਉਹ ਸਾਡੇ ਬਾਗੜੀ 'ਚ ਇੱਕ ਕਹਾਵਤ ਹੈ, ਉਹਨੂੰ ਕਹਿੰਦੇ ਉਹ ਮੁੰਡਾ ਮੱਕੇ ਤੇ ਜਵਾਨ ਹੋ ਗਿਆ, ਕਹਿੰਦਾ ਉਹ ਇਮਤਿਹਾਨ 'ਚੋਂ ਦੇਣ ਲੱਗਿਆ ਸੀ, ਕਹਿੰਦਾ ਮਾਊ ਜੇ ਮੈਂ ਥਾਣੇਦਾਰ ਬਣ ਗਿਆ ਨਾ ਤਾਂ ਥਾਣੇਦਾਰ ਬਣ ਗਿਆ ਤੈਨੂੰ ਤੈਨੂੰ ਕੁੱਟੂੰਗਾ, ਵੀ ਜੇ ਮੈਂ ਕਿਤੇ ਥਾਣੇਦਾਰ ਬਣ ਗਿਆ ਤਾਂ ਤੈਨੂੰ ਤੈਨੂੰ ਕੁੱਟੂੰਗਾ। ਉਹ ਸਾਡੇ ਵਾਲੇ ਦਾ ਆਹ ਕਰੀ ਜਾਂਦੇ ਵੀ ਇਹਨਾਂ ਨੇ ਸਿਵਾਏ ਕਾਂਗਰਸ ਦੇ ਖਿਲਾਫ ਕਿਸੇ ਦੇ ਖਿਲਾਫ ਕਿਸੇ, ਡੀਜ਼ਲ ਵੱਧ ਗਿਆ, ਪੈਟਰੋਲ ਤੋਂ ਫਾਲਤੂ ਹੋ ਗਿਆ, ਸੁਨੀਲ ਜਾਖੜ ਟਰੈਕਟਰ ਘੜੀਸੀ ਫਿਰਦਾ ਨਵਾਂ ਸ਼ਹਿਰ 'ਚ ਵੀ, ਆਹ ਦੇਖੋ ਜੀ ਕਿਵੇਂ ਚਲਾਵਾਂਗੇ, ਪੈਟਰੋਲ ਤੋਂ ਡੀਜ਼ਲ ਮਹਿੰਗਾ ਹੋ ਗਿਆ, ਇਹ ਫੇਰ ਚੁੱਪ ਹਰੇਕ ਮੁੱਦੇ ਦੇ ਉੱਤੇ। ਅੱਜ ਜਦੋਂ ਉਹਨਾਂ ਦਾ ਬਿਆਨ ਕਰ ਲਾਇਆ ਮੈਂ ਦੇਖ ਰਿਹਾ ਸੀ, ਬੜਾ ਮੈਨੂੰ ਹਾਸੋ ਇੰਨਾ ਜਿਹਾ ਮਸਲਾ ਲੱਗ ਗਿਆ ਵੀ ਆਹ ਕਹਿੰਦੇ ਵੀ ਸੁਨੀਲ ਜਾਖੜ ਨੇ ਜਾ ਕੇ ਜਿਹੜੇ ਮ੍ਰਿਤਕ ਹੈ ਉਹਨਾਂ ਦਾ ਪਤਾ ਨਹੀਂ ਲਿਆ, ਆਪਣੇ ਉਸ ਹਲਕੇ ਦੀ ਨੁਮਾਇੰਦਗੀ ਸੁਨੀਲ ਜਾਖੜ ਨੇ 1.5 ਸਾਲ ਕੀਤੀ ਹੈ ਤੇ ਗਿਆ ਨਹੀਂ। ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੂੰਗਾ, ਬਾਜਵਾ ਸਾਹਿਬ ਗੁਰਦਾਸਪੁਰ ਦਾ ਅੱਜ ਦੇ ਦਿਨ ਮੈਂਬਰ ਪਾਰਲੀਮੈਂਟ ਕੌਣ ਹੈ? ਸਾਰੀ ਦੁਨੀਆ ਨੂੰ ਪਤਾ ਉੱਥੇ ਪੋਸਟਰ ਲੱਗੇ ਖੜੇ ਵੀ ਗੁੰਮਸ਼ੁਦਾ ਕੀ ਤਲਾਸ਼ ਹੋ। ਇਹਨਾਂ ਨੇ ਕਿਤੇ ਇੱਕ ਦਿਨ ਗੱਲ ਕੀਤੀ ਵੀ ਉਹ ਸਨੀ ਦਿਓਲ ਬੀਜੇਪੀ ਵਾਲਾ MP ਕਿੱਥੇ ਹੈ? ਰਾਜ ਸਭਾ ਜਿਹਦੇ ਰਿਹਾਇਸ਼ ਗੁਰਦਾਸਪੁਰ 'ਚ ਹੈ ਉਹ ਕੌਣ ਹੈ? ਖੁਦ ਪ੍ਰਤਾਪ ਬਾਜਵਾ ਜੀ ਹੈ। ਕਿਸੇ ਦਿਨ ਗਏ ਹੈ ਮੁੜ ਕੇ? ਸੁਨੀਲ ਜਾਖੜ ਦਾ ਜਿਹਦੇ ਨਾਲ ਕਰੋਨਾ ਲੱਗੀ ਉਸ ਤੋਂ ਪਹਿਲਾਂ ਸਾਡੇ ਜਿਹੜੇ ਸ਼ਹੀਦ ਹੋਏ ਬਾਰਡਰ 'ਤੇ ਉਹਨਾਂ ਦੇ ਘਰੇ ਉਹਨਾਂ ਦਾ ਦੁੱਖ ਵੰਡਾ ਕੇ ਆਏ ਹਾਂ। ਸੁਨੀਲ ਜਾਖੜ ਦਾ ਐਸੇ ਕਾਲੇ ਕਾਨੂੰਨ ਦੇ ਖਿਲਾਫ ਜਾ ਕੇ ਉੱਥੇ ਗੁਰਦਾਸਪੁਰ 'ਚ ਅਸੀਂ ਸਾਰੇ ਜ਼ਿਲ੍ਹਾ ਪਰਿਸ਼ਦ ਸਾਡੇ ਪੰਚਾਇਤ ਸਮਿਤੀਆਂ ਦੇ ਜਿੰਨੇ ਕੁ ਬੰਦੇ ਵਿਦਿਨ ਕਰੋਨਾ ਦੇ ਅੰਦਰ ਜਿੰਨੀ ਕੁ ਸਾਨੂੰ ਅਲਾਊਡ ਸੀਗੀ ਕੀਪਿੰਗ ਦਾ ਸੋਸ਼ਲ ਡਿਸਟੈਂਸ, ਅਸੀਂ ਉੱਥੇ ਜਾ ਕੇ ਕਰਕੇ ਆਏ। ਬਟ ਦ ਫੈਕਟ ਇਜ਼ ਸਨੀ ਦਿਓਲ ਇਹਨਾਂ ਦੀ ਗੈਰ ਹਾਜ਼ਰੀ ਪ੍ਰਤਾਪ ਜੀ ਨੂੰ ਦਿਸਦੀ, ਸੁਨੀਲ ਕੰਡੇ ਵਾਂਗੂ ਸੂਲ ਵਾਂਗੂ ਚੁਭਦਾ ਹੈ, ਕੰਡੇ ਵਾਂਗੂ ਸੂਲ ਵਾਂਗੂ ਕਿਉਂ ਨਹੀਂ ਚੁਭੇਗਾ? ਜਦੋਂ ਸੁਨੀਲ ਜਾਖੜ ਨੇ ਐਡੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਐਡੇ ਵੱਡੇ ਇਲਜ਼ਾਮ ਲਾਤੇ ਤਾਂ ਫਿਰ ਉਹ ਸੁਨੀਲ ਜਾਖੜ ਨੂੰ ਚੁਣਨਗੇ ਨਾ, ਉਹਨਾਂ ਨੂੰ ਸਨੀ ਦਿਓਲ ਨੂੰ ਟਾਰਗੇਟ ਕਰਕੇ ਕੀ ਮਿਲਣਾ ਹੈ? ਅਪੋਜੀਸ਼ਨ ਦਾ ਰੋਲ ਨਿਭਾਉਣਾ, ਫਿਰ ਅਪੋਜੀਸ਼ਨ 'ਚ ਜਾ ਕੇ ਬੈਠੋ ਸਾਹਿਬ, ਪਾਰਟੀ ਦੇ ਖਿਲਾਫ ਸੁਨੀਲ ਜਾਖੜ ਦੇ ਖਿਲਾਫ ਬੋਲ ਸਕਦੇ ਹੋ? ਬਿਲਕੁਲ, ਪਾਰਟੀ ਦੇ ਇਹ ਤਾਂ ਉਹਨਾਂ ਦੇ ਪ੍ਰੈਸ ਨੋਟ ਵੀ ਇਹ ਵੀ ਪਾਰਟੀ ਦੇ ਖਿਲਾਫ ਕੀ ਗੱਲ ਕੀਤੀ ਹੈ ਦੱਸੋ, ਸਰਕਾਰ ਕੀ ਦੀ ਹੈ ਸਾਹਿਬ? ਨਹੀਂ ਪਰ ਸੁਨੀਲ ਜਾਖੜ ਸਾਹਿਬ ਦੇਖੋ ਤੁਸੀਂ ਬਤੌਰ ਪ੍ਰਧਾਨ ਹੁੰਦੇ ਹੋਏ ਗਵਰਨਰ ਕੋਲ ਜਾ ਕੇ ਹੈ ਕਹਿਣ, ਮੈਂ ਆਪਣੇ ਘਰੇ ਆਪਣੇ ਪਰਿਵਾਰ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰੇਟ ਮਰਵਾ ਸਕਦਾ ਸਾਹਿਬ, ਮਾਂ ਪਾਰਟੀ ਹੈ ਉਹਨਾਂ ਦੀ। ਐਂਡ ਹੀ ਜਿਹੜੇ ਉਹਨਾਂ ਦਾ ਬਿਆਨ ਆਇਆ ਬਿਲਕੁਲ ਗਲਤ ਆ, ਉਹ ਕਹਿੰਦੇ ਮੈਂ ਲੋਕਾਂ ਨੂੰ ਰਿਪ੍ਰਜੈਂਟ ਕਰ ਰਿਹਾ, ਕਿਹੜੇ ਲੋਕਾਂ ਨੂੰ ਰਿਪ੍ਰਜੈਂਟ ਕਰ ਰਿਹਾ? ਐਜ਼ ਅ ਰਾਜ ਸਭਾ ਮੈਂਬਰ ਹੀ ਹੈਜ਼ ਨੋ ਰਾਈਟ ਟੂ ਸੇ ਦੈਟ ਹੀ ਰਿਪ੍ਰਜੈਂਟਸ ਪੀਪਲ, ਹੀ ਇਜ਼ ਦੇਅਰ ਬਾਏ ਦਾ ਵਰਚੂ ਆਫ ਬੈਨੀਵੋਲੈਂਸ ਆਫ ਇਸ ਪੈਟਰਨਾਈਜੇਸ਼ਨ ਬਾਏ ਦਾ ਹਾਈ ਕਮਾਂਡ ਆਫ ਕਾਂਗਰਸ ਪਾਰਟੀ, ਉਹ ਰਿਪ੍ਰਜੈਂਟ ਕਰਦੇ ਆ ਕਾਂਗਰਸ ਪਾਰਟੀ ਨੂੰ। ਲੇਕਿਨ ਪਾਰਟੀ ਇਜ਼ ਨਾਟ ਦ ਗਵਰਨਮੈਂਟ ਆਫ ਪੰਜਾਬ, ਕੈਪਟਨ ਅਮਰਿੰਦਰ ਸਿੰਘ ਇਜ਼ ਨਾਟ ਦ ਪੰਜਾਬ ਪ੍ਰਦੇਸ਼ ਕਾਂਗਰਸ ਨਾ, ਆਪਾਂ ਦੇ ਵਿੱਚ ਕੋਈ ਫਰਕ ਰੱਖਦੇ ਨਹੀਂ ਪੰਜਾਬ ਸਰਕਾਰ ਤੇ PPCC 'ਚ ਕੋਈ ਫਰਕ ਹੈ? ਆਈ ਐਮ ਅਕਾਊਂਟੇਬਲ ਫਾਰ ਦਿਸ ਬਿਕੋਜ਼ ਮੇਰੀ ਪਾਰਟੀ ਹੈ ਸਾਹਿਬ, ਮੈਂ ਕਹਿੰਦਾ ਜੀ ਮੈਂ ਤਾਂ ਉਸੀ ਪਾਰਟੀ ਦੇ ਮੈਂ ਪਾਰਟੀ ਦੇ ਉਸੀ ਪ੍ਰਧਾਨ ਨਾਲ ਗੱਲ ਕਰ ਰਿਹਾ ਜਿਸ ਨੇ ਖੁਦ ਪ੍ਰਧਾਨ ਰਹਿੰਦੇ ਹੋਏ ਬਾਕਾਇਦਾ ਆਪਣੀ ਸਰਕਾਰ ਦੇ ਵਿੱਚ ਅਫਸਰਾਂ ਦੀ ਜਿਹੜੀ ਜ਼ਿਆਦਾ ਸੇ ਸੀ, ਅਫਸਰਾਂ ਦੀ ਜਿਹੜਾ ਹਸਤਖੇਪ ਜ਼ਿਆਦਾ ਸੀਗਾ ਫੰਕਸ਼ਨਿੰਗ 'ਚ, ਉਹਨੂੰ ਚੈਲੰਜ ਕੀਤਾ। ਤੁਹਾਡੀ ਸਰਕਾਰ ਨੇ ਬੇਦਮੀਆਂ ਦੇ ਉੱਤੇ ਉਨਾ ਕੁਝ ਨਹੀਂ ਕੀਤਾ ਜਿੰਨਾ ਸ਼ਰੋਲਾ ਤੁਸੀਂ ਪਾਇਆ, ਜਿੰਨੇ ਮੁੱਦੇ ਤੁਸੀਂ ਬੇਦਮੀਆਂ ਤੇ ਉਜਾਗਰ ਕੀਤੇ ਉਨੀ ਤਾਂ ਤੁਹਾਡੀ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਤੁਸੀਂ ਲਗਾਤਾਰ ਅਕਾਲੀ ਦਲ ਨੂੰ ਟਾਰਗੇਟ ਤੇ ਰੱਖਿਆ ਤੇ ਤੁਹਾਡੇ ਮੁੱਖ ਮੰਤਰੀ ਕਹਿੰਦੇ ਰਹੇ ਵੀ ਜੀ ਬਾਦਲਾਂ ਦਾ ਹਜੇ ਤੱਕ ਨਾਂ ਨਹੀਂ ਆਇਆ। ਹੁਣ ਇਹਨੂੰ ਜੇ ਮੈਂ ਕਹਾ ਇਸ ਜਿਹੜਾ ਯੂਨੋ ਕੰਟਰਾਡਿਕਸ਼ਨ ਸੀਗੀ, ਯੂਨੋ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਖੁੱਲ੍ਹ ਕੇ ਬੋਲ ਰਹੇ ਨੇ ਉਹਨਾਂ ਮੁੱਦਿਆਂ ਤੇ ਲੋਕਾਂ ਦੇ ਯੂਨੋ ਆਪਾਂ ਕਹਿ ਸਕਦੇ ਸੈਂਟੀਮੈਂਟਸ ਦੀ ਤਰਜਮਾਨੀ ਕਰ
ਸਰਕਾਰ ਦੇ ਖਿਲਾਫ ਤੁਸੀਂ ਉਹਨਾਂ ਨੂੰ ਡੀਸਟੇਬਲਾਈਜ਼ ਕਰਨ ਦਾ ਤਾਂ ਮੇਰੇ ਕੋਲ ਕੋਈ ਅਧਿਕਾਰ ਨਹੀਂ। ਇਹਨੂੰ ਆਪਾਂ ਡੀਸਟੇਬਲਾਈਜ਼ ਮੰਨ ਸਕਦੇ ਹਾਂ ਵੀ ਗਵਰਨਰ ਕੋਲ ਜਾ ਕੇ ਡੀਸਟੇਬਲਾਈਜ਼ ਕਰਨਾ? ਟ੍ਰਾਈਡ ਟੂ ਐਨਕੈਸ਼ ਔਨ, ਦੇਖੋ ਆਪਣੇ ਆਪ ਨੂੰ ਪਰਸਨਲ ਗਲੋਰੀਫਿਕੇਸ਼ਨ, ਆਪਣੇ ਆਪ ਨੂੰ ਇੱਕ ਜਿਹਨੂੰ ਕਹਿੰਦੇ ਆ ਇਜ਼ ਨਾਟ ਇਵਨ ਅ ਰੈਬਲ ਵਿਦਆਊਟ ਅ ਕੌਜ਼, ਇਜ਼ ਨਾਟ ਇਵਨ ਅ ਰੈਬਲ, ਰੈਬਲ ਆਫ ਵਾਟ, ਰੈਬਲ ਫੋਰ ਵਾਟ, ਇਜ਼ ਦੇ ਲੁਕਿੰਗ ਵੀ ਕੋਈ ਨਾ ਕੋਈ ਕਿਤੇ ਹੀਰੋ ਬਣ ਜਾਈਏ। ਮੈਂ ਅੱਜ ਵੀ ਗੱਲ ਕਰ ਰਿਹਾ ਸੀ, ਮੈਨੂੰ ਬਾਦਲ ਸਾਹਿਬ ਦੀ ਯਾਦ, ਦੇਖੋ ਬਾਦਲ ਸਾਹਿਬ ਐਕਸਪੀਰੀਅੰਸ ਦਾ ਕੋਈ ਮੁਕਾਬਲਾ ਨਹੀਂ। ਜਦੋਂ ਤੁਹਾਨੂੰ ਯਾਦ ਹੋਵੇ ਜੋ ਖਹਿਰਾ ਸਾਹਿਬ ਸਾਡੇ ਨਾਲ ਸੀਗੇ ਤੇ ਉਹਨਾਂ ਤੇ ਇੱਕ ਕੇਸ ਬਣਾ ਤਾ ਅਕਾਲੀਆਂ ਨੇ, ਸੁਖਬੀਰ ਜੀ ਹੋਰਾਂ ਨੇ, ਵੀ ਤਰਪਾਲ ਚੋਰੀ ਦਾ ਕੇਸ ਕਰਕੇ ਇੱਕ ਰਾਤ ਨੂੰ ਕਿਤੇ ਥਾਣੇ ਬਾਅਦ ਚ ਜ਼ਮਾਨਤ ਹੋ ਗਈ। ਉਹ ਆ ਕੇ ਕਹਿ ਰਹੇ ਸੀ ਬਾਦਲ ਸਾਹਿਬ ਮੇਰੇ ਤੇ ਐਡਾ ਕੇਸ ਬਣ ਗਿਆ, ਤੇ ਬਾਦਲ ਸਾਹਿਬ ਨੇ ਖੜੇ ਹੋ ਕੇ ਕਹਿੰਦਾ ਕਾਕਾ ਜੀ ਜੇ ਇੱਕ ਤਰਪਾਲ ਚੋਰੀ ਦੇ ਕੇਸ 'ਚ ਜੇ ਐਡੀ ਵੱਡੀ ਲੀਡਰੀ ਮਿਲਦੀ ਹੈ ਭਰਾ ਤਾਂ ਬੜੀ ਸਸਤੀ ਹੈ। ਤੇ ਇਹਨਾਂ ਨੇ ਜਾ ਕੇ ਗਵਰਨਰ ਨੂੰ ਵੀ ਸਰਕਾਰ ਦੇ ਖਿਲਾਫ ED ਭੇਜ, ਐਵੇਂ ਸਸਤੀ ਲੀਡਰੀਆਂ ਨਹੀਂ ਮਿਲਦੀਆਂ ਸਾਹਿਬ, ਲੋਕਾਂ ਦੇ ਮੁੱਦੇ ਚੱਕੋ, ਮਰਿਆਦਾਵਾਂ ਦੇ ਵਿੱਚ। 4 ਦਿਨ ਪਹਿਲਾਂ ਮਿਸਿਸ ਗਾਂਧੀ ਨਾਲ ਬੜੀ ਲੰਬੀ ਚੌੜੀ ਸੈਮੀਨਾਰ ਇਹਨਾਂ ਦਾ ਹੋਇਆ, ਉਹ ਅੱਜ ਕੱਲ੍ਹ VCs ਹੋ ਰਹੀਆਂ, ਉੱਥੇ ਆਪਣੀ ਗੱਲ ਕਹਿ ਲੈਂਦੇ। ਸੁਨੀਲ ਨੂੰ ਹਟਵਾਉਣਾ ਸੀ, ਗਵਰਨਰ ਸਾਹਿਬ ਹਟਾਉਣਗੇ ਸੁਨੀਲ ਨੂੰ, ਮੈਡਮ ਸੋਨੀਆ ਗਾਂਧੀ, ਰਾਹੁਲ ਗਾਂਧੀ ਹਟਾਉਣਗੇ ਮੇਰੇ ਖਿਲਾਫ, ਉਹਨਾਂ ਨੂੰ ਕਹਿੰਦੇ ਵੀ ਵਰਕਰ ਬੜਾ ਡੀਮੋਰਲਾਈਜ਼ਡ। ਗੁੱਸਾ ਕਿਸ ਚੀਜ਼ ਦਾ? ਦੇਖੋ ਪ੍ਰਤਾਪ ਬਾਜਵਾ ਤੇ ਸੁਨੀਲ ਜਾਖੜ ਦੇ ਵਿੱਚ ਝਗੜਾ ਕਿਸ ਚੀਜ਼ ਦਾ? ਉਸ ਚੀਜ਼ ਦੀ ਲੜਾਈ ਹੈ ਜੋ ਉਸ ਵਕਤ ਹੁੰਦੀ ਹੈ ਜਦੋਂ ਤੁਹਾਨੂੰ ਬਾਈ ਇਲੈਕਸ਼ਨ ਲਈ ਉੱਥੇ ਉਤਾਰਿਆ ਜਾਂਦਾ ਗੁਰਦਾਸਪੁਰ ਤੋਂ, ਤੁਸੀਂ ਉੱਥੇ ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਹੋ ਤੇ ਮੁੱਖ ਮੰਤਰੀ ਜਾ ਕੇ ਪਿਛਲੇ ਚੋਣਾਂ ਦੇ ਵਿੱਚ ਐਲਾਨ ਕਰਕੇ ਆਉਂਦੇ ਵੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਜਾਂ ਪੰਜਾਬ ਦਾ ਮੁੱਖ ਮੰਤਰੀ ਸੁਨੀਲ ਜਾਖੜ ਹੋ ਸਕਦਾ ਹੈ। ਹੁਣ ਜਦੋਂ ਇੱਕ ਕਾਂਗਰਸ ਦੇ ਸਿਆਸੀ ਵਾਰਸ ਦੇ ਰੂਪ ਵਿੱਚ ਮਾਝੇ ਦੇ ਉਸ ਇਲਾਕੇ ਗੁਰਦਾਸਪੁਰ ਦੇ ਵਿੱਚ ਮੁੱਖ ਮੰਤਰੀ ਐਡੀ ਵੱਡੀ ਸਟੇਟਮੈਂਟ ਦੇ ਦਿੰਦੇ ਨੇ ਤੇ ਪ੍ਰਤਾਪ ਬਾਜਵਾ ਇਨਸਿਕਿਓਰ ਹੋ ਜਾਂਦੇ ਨੇ, ਉਸ ਤੋਂ ਬਾਅਦ ਇਹ ਕਿਤੇ ਕੋਲਡ ਵਾਰ ਸ਼ੁਰੂ ਹੁੰਦੀ ਹੈ ਜਿਹਦੀ ਅੱਜ ਆਪਾਂ ਕਲਾਈਮੈਕਸ ਹੁੰਦਾ ਵੇਖ ਰਹੇ ਹਾਂ। ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇਲੈਕਸ਼ਨ ਹੋ ਗਿਆ, ਸੁਨੀਲ ਹਾਰ ਗਿਆ, ਲੋਕਾਂ ਨੇ ਫਤਵਾ ਦੇ ਤਾ, ਤੁਸੀਂ ਮੇਰੇ ਮੂੰਹ ਕਿਤੇ ਜਦੋਂ ਵੀ ਇਹਨਾਂ ਨੇ ਚਿੱਠੀਆਂ ਪੱਤਰੀਆਂ ਲਿਖੀਆਂ ਇੱਕ ਵਾਰੀ ਵੀ ਇਹਨਾਂ ਦੇ ਖਿਲਾਫ ਕੋਈ ਗੱਲ ਸੁਣੀ? ਤੁਹਾਡੇ ਖਿਲਾਫ ਕਿਹੜਾ ਉਹਨਾਂ ਨੇ ਦਿੱਤੀਆਂ ਕਰੇ? ਉਹ ਤਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਸਵਾਲ ਚੁੱਕ ਰਹੇ ਸੀ। ਉਹਨਾਂ ਨੇ ਕਿਹਾ ਸੀ ਉਹ ਕਿਤੇ ਹਸੀਨ ਸੁਪਨੇ ਮੁੰਗੇਰੀ ਲਾਲ ਵਾਲੇ ਅੱਛੇ ਹੈ, ਸੁਪਨੇ ਲੈਣ ਕੋ ਖਿਆਲ ਅੱਛਾ ਹੈ, ਗੱਲ ਇਸ ਤਰ੍ਹਾਂ ਦੀ ਗੱਲਾਂ ਕਰਦੇ ਸੀ। ਪਰ ਮੈਂ ਜਦੋਂ ਆਹ ਲਕਸ਼ਮਣ ਰੇਖਾ ਹੈ ਸਾਹਿਬ, ਤੁਸੀਂ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕਰੋਗੇ, ਜਿਹੜੇ ਹੱਥ ਤੁਹਾਨੂੰ ਦੁੱਧ ਪਿਆਰਾ ਹੈ ਉਸ ਨੂੰ ਡੰਗ ਮਾਰੋਗੇ, ਸੌਰੀ ਦੁੱਲੋ ਸਾਹਿਬ ਨੇ ਤਾਂ ਸ਼ਰਾਬ ਦੇ ਮਾਫੀ ਦੀ ਗੱਲ ਕੀਤੀ। ਸਾਹਿਬ ਨੂੰ ਮੇਰਾ ਦੇਖੋ, ਦੁੱਲੋ ਸਾਹਿਬ ਅੱਜ ਗੱਲ ਕਰ ਰਿਹਾ, ਆਈ ਸ਼ੁੱਡ ਨਾਟ, ਦੇਖੋ ਮੇਰੇ ਬੜੇ ਸੀਨੀਅਰ ਹੈ, ਬਜ਼ੁਰਗ ਹੈ, ਪੋਲੀਟੀਕਲੀ ਬੜੇ ਸੀਨੀਅਰ ਹੈ, ਇਹਨਾਂ ਕੋਲ ਐਕਸਾਈਜ਼ ਮਹਿਕਮਾ ਹੁੰਦਾ ਸੀ ਸਰਦਾਰ ਬੇਅੰਤ ਸਿੰਘ ਵਾਲੇ ਟਾਈਮ, ਉਦੋਂ ਵੀ ਇਸੇ ਤਰ੍ਹਾਂ ਦੇ ਕੇਸ ਹੋਏ ਸੀ। ਉਦੋਂ ਉਹਨਾਂ ਇਤਿਹਾਸ 'ਚ ਨਾ ਜਾਓ, ਪਰ ਅੱਜ ਸਾਡੇ ਸਤਿਕਾਰਯੋਗ ਹੈ ਉਹ ਕੇਸ ਗਵਰਨਰ ਤਾਂ ਹੀ ਵੀ ਜਿਹੜਾ ਜਾਂਦਾ ਰਿਹਾ ਸੀ, ਗਵਰਨਰ ਸਾਹਿਬ ਕਰਕੇ ਜੋ ਕੁਛ ਵੀ ਹੈ ਉਹਦਾ ਉਹ ਕਿਸੇ ਤਰਜਮਾ ਤੁਸੀਂ ਪੁੱਛ ਲਿਓ ਉਹਨਾਂ ਤੋਂ ਵੀ ਕੀ ਬਣਿਆ ਸੀਗਾ। ਅੱਜ ਦੇ ਦਿਨ ਸਾਰਾ ਕੁਛ ਠੀਕ ਹੈ, ਮੈਂ ਉਹਨਾਂ ਦੀ ਸ਼ਾਨ 'ਚ ਕੋਈ ਗਲਤ ਸ਼ਬਦ ਮੈਂ ਇੰਨਾ ਕਹਿਣਾ ਚਾਹੂੰਗਾ, ਉਹਨਾਂ ਨੂੰ ਨਹੀਂ, ਉਹ ਤਾਂ ਕਹਿ ਰਹੇ ਨੇ ਤੁਸੀਂ ਉਹਨਾਂ ਦੀ ਸ਼ਾਨ 'ਚ ਸ਼ਬਦ ਨਾ ਵਰਤੋ। ਉਹ ਕਹਿ ਰਹੇ ਨੇ ਵੀ ਕੀ ਸੁਨੀਲ ਜਾਖੜ ਅੱਜ ਦੀ ਤਰੀਕ ਦੇ ਵਿੱਚ ਸ਼ਰਾਬ ਮਾਫੀਆ ਦੇ ਪਿੱਛੇ ਖੜੇ ਨੇ ਜਾਂ ਸ਼ਰਾਬ ਮਾਫੀਆ ਦੇ, ਚਲੋ ਜੇ ਉਹਨਾਂ ਨੂੰ ਲੱਗਦਾ ਪੰਜਾਬ ਦਾ ਜਨਤਾ ਜਾਣਦਾ ਸੁਨੀਲ ਕਿੱਥੇ ਖੜਾ ਹੈ, ਸੁਨੀਲ ਨੂੰ ਕਿਸੇ ਤੋਂ ਕੋਈ ਸਰਟੀਫਿਕੇਟ, ਮੈਂ ਤਾਂ ਲੋਕਾਂ ਦੀ ਜਿਹੜੀ ਭਾਵਨਾ ਹੈ ਉਹਦੀ ਕਦਰ ਕਰਦਾ, ਕਿਸੇ ਲੀਡਰ ਦੀ ਲੋਕਾਂ ਦੀ ਭਾਵਨਾ 'ਚ ਕੀ ਹੈ, ਪਾਰਟੀ ਦੀ ਭਾਵਨਾ ਹੈ, ਵਿਧਾਇਕਾਂ ਦੀ ਭਾਵਨਾ ਹੈ, ਲੋਕਾਂ ਦੀ, ਲੋਕ ਤਾਂ 111-112 ਮੌਤਾਂ ਦੇਖ ਚੁੱਕੇ ਨੇ, ਉਹ ਤਾਂ ਮੰਨਦੇ ਨੇ, ਉਹ ਮੰਨਦੇ ਨੇ ਵੀ ਦੇਖੋ ਭਾਵੇਂ ਅਕਾਲੀ ਦਲ ਸਿਆਸਤ ਕਰ ਰਿਹਾ, ਭਾਵੇਂ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ, ਭਾਵੇਂ ਫਿਰ ਤੁਹਾਡੇ ਮੈਂਬਰ ਪਾਰਲੀਮੈਂਟ BJP ਦੀ ਝੋਲੀ 'ਚ ਬੈਠ ਕੇ ਸਿਆਸਤ ਕਰ ਰਹੇ ਨੇ, ਲੇਕਿਨ ਵੱਡਾ ਮੁੱਦਾ ਵੀ ਇਹ ਜਿਹੜੇ ਮੁੱਦੇ ਚੁੱਕੇ ਜਾ ਰਹੇ ਨੇ ਇਹ ਕਿਤੇ ਵੀ ਕਿਸੇ ਵੀ ਲਿਹਾਜ਼ ਨਾਲ ਗਲਤ ਨਹੀਂ ਹੈ, ਕਿਉਂਕਿ ਮਾਮਲਾ ਗੰਭੀਰ ਹੈ। 3 ਜ਼ਿਲ੍ਹਿਆਂ ਦੇ ਵਿੱਚ ਐਡਾ ਵੱਡਾ ਕਾਂਡ ਹੁੰਦਾ ਹੈ, ਉਹ ਕਈ ਮਹੀਨਿਆਂ ਤੋਂ ਬਾਅਦ ਹੁੰਦਾ ਜਦੋਂ ਕਿ ਮੁੱਖ ਮੰਤਰੀ DJP ਨੂੰ ਹਿਦਾਇਤਾਂ ਦਿੰਦੇ ਨੇ ਵੀ DSP ਅਤੇ SHO ਤੱਕ ਨੂੰ ਦੁਬਾਰਾ ਥਾਣਾ ਨਹੀਂ ਮਿਲਣਾ ਚਾਹੀਦਾ 10-10 ਸਾਲਾਂ ਤੱਕ, ਐਡੀਆਂ ਸਖਤ ਹਿਦਾਇਤਾਂ ਦੇ ਬਾਵਜੂਦ ਐਡਾ ਵੱਡੀ ਤ੍ਰਾਸਦੀ ਹੋ ਜਾਂਦੀ ਹੈ। ਉਸ ਵਕਤ ਲੋਕ ਸਮਝਣਾ ਨਹੀਂ ਚਾਹੁੰਦੇ ਵੀ ਜਾਖੜ ਸਾਹਿਬ ਕਿਹਨੂੰ ਪ੍ਰੋਟੈਕਟ ਕਰ ਰਹੇ ਤੇ ਕਿਉਂ ਕਿਸੇ ਨੂੰ ਪ੍ਰੋਟੈਕਟ ਨਹੀਂ। ਮੈਂ ਕਹਿੰਦਾ ਮਸਲੇ ਦਾ ਤਾਂ ਕਿਸੇ ਨੇ ਇਸ਼ੂ ਨਹੀਂ ਕੀਤਾ, ਤੁਸੀਂ ਜਾ ਕੇ ਆਪਣੇ ਗਵਰਨਰ ਤੋਂ ਜਾ ਕੇ ਆਪਣੀ ਸਰਕਾਰ ਦੇ ਖਿਲਾਫ ED ਇਨਕੁਆਇਰੀ ਮੰਗ ਰਹੇ ਹੋ ਸਾਹਿਬ, ਜਾ ਕੇ ਕਹਿ ਰਹੇ ਸੀ ਵੀ ਹੁਣ ਜਾ ਕੇ ਸੋਨੀਆ ਜੀ ਨੂੰ ਮਿਲਾਂਗੇ, ਸੋਨੀਆ ਜੀ ਨੂੰ ਪਹਿਲਾਂ ਜਾ ਕੇ ਮਿਲਣ ਦੇ, ਕਹਿੰਦੇ ਅਮਿਤ ਸ਼ਾਹ ਜੀ ਨੂੰ ਜਾ ਕੇ ਮਿਲਾਂਗੇ। ਅਮਿਤ ਸ਼ਾਹ ਜੀ ਨੂੰ ਕਿਉਂ ਜਾ ਕੇ ਮਿਲਣਗੇ ਸਾਹਿਬ, ਕਿਉਂ ਜਾ ਕੇ ਮਿਲਣਗੇ? ਤੁਸੀਂ ਆਪ ਹੀ ਕਿਹਾ ਵੀ ਇਹ ਜਿਹੜਾ ਇਨਫੋਰਸਮੈਂਟ ਆਪਣੇ CBI ਦਾ ਰੋਲ ਹੈ ਸਾਹਮਣੇ ਆ ਗਿਆ ਵੀ ਗੁਰੂ ਸਾਹਿਬਾਨ ਦੇ ਜਿਹੜੀ ਬੇਅਦਬੀ ਹੋਈ ਹੈ। ਵੱਡੀ ਵੱਡੀ ਕੰਟਰਡਿਕਸ਼ਨ ਹੈ ਵੀ ਇੱਕ ਪਾਸੇ, ਦੇਖੋ ਮੈਨੂੰ ਯਾਦ ਹੈ ਬਾਜਵਾ ਸਾਹਿਬ ਨੇ ਚਿੱਠੀਆਂ ਲਿਖੀਆਂ ਸੀਗੀਆਂ, ਬੜੀਆਂ ਸਖਤ ਚਿੱਠੀਆਂ ਸੀਗੀਆਂ ਪੰਜਾਬ ਦੇ ਮੁੱਖ ਮੰਤਰੀ। ਤੁਸੀਂ ਕਹਿ ਰਹੇ ਹੋ ਵੀ ਤੁਸੀਂ ਕੱਲ੍ਹ ਪ੍ਰੈਸ ਕਾਨਫਰੰਸ ਵੀ ਜ਼ਿਕਰ ਕੀਤਾ ਵੀ ਉਹਨਾਂ ਨੇ ਬੇਅਦਬੀ ਤਾਂ ਨਹੀਂ ਲਿਖਿਆ, ਲੇਕਿਨ ਪ੍ਰਤਾਪ ਬਾਜਵਾ ਨੇ ਹੀ ਆਪਣੀ ਚਿੱਠੀਆਂ ਦੇ ਜ਼ਰੀਏ ਕੈਪਟਨ ਅਮਰਿੰਦਰ ਤੇ AG ਆਫਿਸ ਨੂੰ ਚਤਾਇਆ ਸੀਗਾ ਵੀ CBI ਤੋਂ ਜਾਂਚ ਅਜੇ ਤੱਕ ਵਾਪਸ ਨਹੀਂ ਹੋ ਪਾਈ, ਲੇਕਿਨ ਇਹ ਕੰਟਰਡਿਕਸ਼ਨ ਜ਼ਰੂਰ ਹੈ ਵੀ ਇੱਕ ਪਾਸੇ ਆਪਾਂ CBI ਤੋਂ ਜਾਂਚ ਵਾਪਸ ਲੈਣ ਲਈ ਲੜਾਈ ਲੜ ਰਹੇ ਹਾਂ, ਦੂਸਰੇ ਪਾਸੇ ਅਸੀਂ ਕਹਿ ਰਹੇ ਜਾਂ CBI ਨੂੰ ਦੇ ਦਿਓ, ਸੋ ਦੇਰ ਇਜ਼ ਅ ਕੰਟਰਡਿਕਸ਼ਨ। ਕਿਉਂ ਨਹੀਂ ਗਏ ਉੱਥੇ CBI ਕੋਲ? ਅਸੀਂ ਤਾਂ CBI ਤੋਂ ਵਾਪਸ ਅਸੈਂਬਲੀ ਨੇ ਪਾਸ ਕਰਤਾ, ਕਿਉਂ ਨਹੀਂ ਅਮਿਤ ਸ਼ਾਹ ਜੀ ਕੋਲ ਜਦੋਂ ਅੱਜ
चीज दसा मैं थोड़े राय क्योंकि गल कर रहे हैं तुसी यू आर ट्राइंग नो आई विल ट्राई टू आस्क द सेम क्वेश्चंस टू हिम दे विल स्टे जेडी एडवोकेट यू हैव टू प्ले दिस इज योर रोल अपोजिशन दा एक रोल हुंदा है पर तुसी अपनी पार्टी च बैठ के इफ यू स्टार्ट प्लेइंग अपोजिशन दैट इज नॉट एक्सेप्टेबल पर जाकर साहब मैं तो आई हैव डन व्हिच आई फील इज एब्सोल्युटली करेक्ट आई हैव डन एग्जैक्टली विद अ वेरी हैवी हार्ट मेरे किसी नाल राजनीतिक कोई सोच दा फर्क हो सकदा है दूलो साहब सीनियर है ही हैज बीन प्रताप हैज बीन प्रीवियस ऐसे पोस्ट पे बैठ के गए है विद अ हैवी हार्ट रिकमेंडेड द स्ट्रिक्ट एक्शन देख मैं इस करके कह रहा हूँ भी चार गनमैन दे नाल अगर नौबत जा सकते कल जो काले कानून बिल लैके आएंगे कानून बनाने वास्ते ऑर्डिनेंस छे महीनों से सरकार बनाना पेगा जो आऊगा राज्यसभा से साडे कोल लोअर हाउस इन्हों को जी मेजोरिटी है बीजेपी को नका दूआ लग्या खड़ा कम राज्यसभा भी दे हैव गेन स्ट्रेंथ सानू एक एक मैंबर की लड़ है वो बावजूद जो मैं कह रहा भी किस तरह भरोसा करांगे भी चार गनमैन लैके जो अपनी सरकार के खिलाफ ही कैन एक्ट एज ए सैबोटाज द ओन गवर्नमेंट उत्थे तो अमित शाह जी ने कुछ होर थापी दे देनी है भी तैनू कुछ होर दे देंगे फिर किवें यकीन करांगे सो कितने ना कि वी हैव टू जो मैं मैडम गल लिखी है इंग्लिश फ्रेज जी वो कहना मैडम दिस इज अ राइट टाइम यू हैव टू बाइट द बुलेट करड़ा डिसीजन लेना पेगा नहीं इस तरह ही हरेक न जिन्हों जिदे घरे अचकन बनी पई है भी मैं सवेरे जाके चीफ मिनिस्टरी का ओथ लेना वो जाके अपनी सरकार डिस्टेबलाइज करके भी उतो थापी मिल जूगी इतने मैं लोगों को कितने अपने पिछे दुल्लो साहब न आई थिंक ही हैज बिन मिसलैड कहते ना गलत कहना मिसलैड इन टू वट Into being dragged into this thing. Dullo sahab ne main ta but jadon ne sharab mafia di chitthi likhi si mukhmantri unna ne unni gall baat khase chudati si press conference de vich sabnu pata gall kar lende sahab he could have always gone dekho lekin eh vi sawal banaya inna nu eh vi sawal kita jaa raha hai rajya sabha bhejya ke nahi dekho jakhad sahab ik vadda role play kar sakde si na je sansad chitthiyan likh rahe si te mukhmantri kehnde ne mainu chitthi nahi mil rahi te jakhad sahab da ki role si party aaj command high command vi puchdi honi ve jakhad sahab tusi ki kar rahe sige thode sansad kehnde ne si chitthiyan likh rahe hain mukhmantri kehnde mainu chitthiyan mil nahi rahiyan चार दिन पुरानी गल नवी गल ही नहीं रोज जो भी लोग सभा चलती रही है अज तो नहीं पिछले कई दिनों तो चल रहा है चिट्ठी पत्री वाला काम तो थोड़े सामने है किन्नी एक बारी समवेयर यू हैव टू ड्रॉ द लाइन इनफ इज इनफ तुसी डोर दे जाओ कि ना कि डोर रोकना पेगा दिस इज नॉट डन लेकिन जाखड़ साहब मैं ये भी समझना चाहवाँगा इस पूरी गलबात तो बाद गल जाती कितने है अज उन्होंने प्रताप बाजवा ने तो कल कहता है स्टेटमेंट देती है भी आई कैन नॉट वर्क विद दैम यानी मुख्यमंत्री साहब तो थोड़े नाल जिक्र करता है मतलब की लगाई है हूँ तो थोड़ी कुछ इस तो बात होएगी जे कह देना कि आई कैन नॉट बी वर्किंग आई फॉर वन कैन नॉट बी यू नो विद दैम इसका मतलब की होया कांग्रेस नाल काम करन कांग्रेस वास्ते की काम उन्होंने राज्यसभा च जेडी रिस्पांसिबिलिटीज वो फुलफिल करते रहन जे कीतियां उथे जे मैडम एक्शन लेंदे आई विल सपोर्ट माय व्हाटएवर मेरी सजेशन है जेडी रिपोर्ट मैं भेजी है आई विल डिफेंड इट की रिपोर्ट भेजी है तुसी आई जो तुसी प्रेस कॉन्फ्रेंस कही है स्ट्रिक्ट एक्शन इन ते लिया जावे दे शुड बी शोन द डोर अगर अपनी सरकार के खिलाफ इनफोर्समेंट डायरेक्टरेट की इनकुआरी मंगना सीबीआई की इनकुआरी अपनी सरकार पार्टी के खिलाफ सरकार के खिलाफ मंगना इफ दिस इज नॉट अगेंस्ट द इंटरेस्ट ऑफ द पार्टी वर्किंग अगेंस्ट द पार्टी दैन वट इज इट अगर अज भी डिसक्वालीफाई नहीं होंगे फिर कदों होंगे दे शुड बी डिसक्वालीफाई सरकार के आप लाइन ड्रॉ करते हैं मतलब क्या मैं थोड़ा तो पार्टी मन के चल रहा यू आर नॉट द गवर्नमेंट यू आर नॉट कैप्टन अमरिंदर सिंह पहले भी अपनी सरकार की कारगुजारी दे आर देयर एट द बिहेस्ट ऑफ द पार्टी डायरेक्ट इलेक्शन नहीं लड़के आए दे शुड रिजाइन फ्रॉम राज्यसभा मेंबर रिजाइन फ्रॉम कांग्रेस एंड देन कम आफ्टर कांग्रेस अगर इन्ना ही उन्होंने लोगों के मुद्दे उठाने लिए कि एक देखो राजधर्म भी कोई चीज़ होता है ना पार्टी प्रति गल एक राजधर्म होता है ठीक है एम पी आप कोई मुख्यमंत्री नहीं हो कोई प्रधानमंत्री नहीं लेकिन राजधर्म की कहता है जो ऐसे वे त्रासदी हो गई इस मुद्दे कि फाइनल कोर्ट पार्टी है बिल्कुल बिल्कुल उन्होंने मसले के अंदर जेडे राज्यसभा बैठे है जेडे राज्यसभा का सुख मान रहे है उन्होंने तो फोरम ही पार्टी है वो अपना जाके ग्रजिज भी मैडम तुम सू जिम्मेवारी दी है असी कोई इलेक्शन लड़के नहीं आए तुम एम एल ए हिदायत करती तो थोड़े सामने कोई खड़ा नहीं है तो असी बन के आ गए असी साडा तो दम कुटी जाए या तो तुम उ हिदायत करो नहीं असी आप चलें असी जाके वी विल टेक लोगों की आवाज़ बनाएंगे इट्स एज सिंपल एज दैट द फैक्ट कि तुम ये एडी वी प्रेस कॉन्फ्रेंस करके एडे संगीन इल्जाम लाए ने एस्पर्शन जो बड़े हाई लेवल क्लियर है बिल्कुल क्लियर इल्जाम की एस्पर्शन है लेकिन मेरा मतलब कि माय असेसमेंट ऑफ द सिचुएशन थोड़ी असेसमेंट ऑफ द बट एक ही लक्ष्मण रेखा पार करना नहीं है
इस प्रेस कॉन्फ्रेंस कुछ देर बाद नहीं हो सकती कि पार्टी हाईकमान नहीं किया जा सकते भी साढ़े सांसद किवें बिहेव कर रहे हैं, पार्टी हाईकमान उन्होंने बारे सोचे पार्टी पब्लिक दे विच जांदा की पता, मैं पार्टी हाईकमान इनफॉर्म करके नहीं की। देखो बहुत सारिया गल्ला हैं जिहड़ियां दीज आर आई एम टॉकिंग अबाउट थिंग्स व्हिच आर इन पब्लिक ऐसी इंटेलिजेंस दी इनपुट हैगी है या थोड़े को ऐसी इनपुट है भी ए लीडर बीजेपी से जाना चाह रहे ने जा रहे हैगे ने ते ताही अदरवाइज व्हाई शुड यू आर अ डिसिप्लिनड पार्टी वर्कर तुसी डिसिप्लिन दी गल कीती है विद इन द पार्टी आई एम व्हाटएवर आई एम बिकॉज़ ऑफ द पार्टी। अज मैं जिस पोजीशन च बैठा थोड़े नाल मैनू गल करन दा मौका मिल रहा है लोगों ने आ मैनू पार्टी ने दिता है ते पार्टी दे अंदर रह के मैं उन्ने ही गल थोड़े पब्लिक डोमेन च कर रहा जिहड़ी पब्लिक डोमेन च अवेलेबल है। तुसीं दसो भी डॉक्टर मनमोहन सिंह नूं कोई खतरा है नहीं, प्रताप सिंह बाजवा नूं खतरा है। कयास राईयां जे मैं कहां वी कयास राईयां हो सकदियां ने, ए ऐसीयां मिसगिविंग्स हो सकदियां ने, एक ऐसा संसा भी हो सकदा है जो कि क्रिएट हो भी सकदा है। कई बार ए भी हुंदा ना वी बीजेपी ने ही ओह सिक्योरिटी स्टेप अप करती कि सेंस ऑफ इनसिक्योरिटी वधे, एक माहौल क्रिएट होवे। उहनां नूं मैं पुछणा चाहुंदा वी ओह दस देण वी किहड़ी चिट्ठी उहनां ने लिखी सी, नहीं तां फिर असीं पब्लिक वी किहड़ी किस तों खतरा है प्रताप बाजवा किस तो खतरा है। कहते ने ना जी 90s दौर दे विच उन्हां दे पिता नूं भी मारिया गया सीगा, इफ यू रिमेंबर। वो एक समा सीगा जदों चौंक मैते एक पासे बखवादी होया करदे सी ते दूसरे पासे ओ सारी गल्लां बातां ते देखो अज दी जनरेशन इस इशू नूं नहीं समझदी है, लेकिन वो एक पछौकड़ हैगा, वो वक्री गल है वी तुहाडे पॉइंट च रेलेवेंस है वी हुण क्यों स्टेप अप कीती गई सिक्योरिटी। सो अज दे दिन मैं आ कहना चाहना भी इन्हों उस गल जनतक करनी चाहिए है भी जी चिट्ठी तुम अमित शाह जी ने लिखी है भी मैं इन गलों तो खतरा है तो मेरी सिक्योरिटी इनहांस की जाए। अज दिन दो बंद को जी जेड सिक्योरिटी है पंजाब के अंदर, सुखबीर होर को तो शायद ज्यादा है, या तो सरदार प्रताप सिंह बाजवा है या सरदार विक्रमजीत सिंह मजीठिया, दो बंदे है जिन्होंने बहुत ज़्यादा खतरा है। उन्हों का खतरा तो हो सकता है शायद कोई जो चुट्टे चुट्टे वाले मसले से कई गैंगस्टर नाराज़ कर लिया उन्होंने। मैं प्रताप जी का पूछना चाहना भी उन्होंने कि तो खतरा है, क्योंकि प्रताप और सिर्फ तो सिर्फ कांग्रेस के खिलाफ बोले है जिन दिन उस कुर्सी पर बैठे है, किस तो खतरा है कांग्रेस से? सुनील जाखड़ तो खतरा है, किस तो खतरा है वो दसन। मैं वो गल मैं अज थोड़े राही भी कह रहा, मैं कल उस गल का फॉर्मल नोट बना के रिक्वेस्ट करूँगा, दे शुड बी मेड क्लीयर। बिकॉज मेरा मानना लखी जी जदों तुसी जाके थोड़ी सरकार वे पंजाब चे ते दिल्ली सरकार तो पुलिस दी प्रोटेक्शन लो, दैट मीनस यू हैव नो कॉन्फिडेंस इन पंजाब पुलिस, यू हैव नो कॉन्फिडेंस इन यूर ओन गवर्नमेंट। दे आर नॉट सीरियस एलीगेशन, दे आर लोग असं लोगों ने जावे लोग कहोंगे थोड़े आप का एमपी तो तुम संभाल नहीं सकते, बचा नहीं सकते, सानू किवें बचाओगे? वो दस दिन भी मेरी आ मैनू आ खतरा हो गया सीगा, इस करके मैं जी चिट्ठी लिखी है गिवन इट। फिर मैं सीएम साहब रिक्वेस्ट करांगे भी यू शुड इनश्योर भी प्रताप बाजवा जी साढ़े वट एवर डिफरेंसिज दैट ही इज सिक्योर्ड एज फार एज हिज परसनल सेफ्टी इज कंसर्न, साड़ी जिम्मेवारी बनती है। जखड़ साहब यह भी मैं थोड़े तो समझना जरूर चाहवागा भी यह सारिया गल्लां बातें हो चुकी है, लेकिन जनता एक होर सवाल मांग रही है वो, क्योंकि तुसी पंजाब दे विच कांग्रेस इज द पार्टी जो कि सरकार दे विच है, रूलिंग पार्टी है, स्टेट गवर्नमेंट दे राज दे विच एडी वड्डी ट्रैजडी हो गई है। ट्रैजडी तो खैर बहुत हुई ने उहदा जिक्र करन की लोड़ नहीं, लेकिन आ जिहड़ी ट्रैजडी सी दिसरी सी आंदी हुई दिसरी, बट समवेयर देयर वाज अ सीरियस ट्रैजडी दी गल कर रहे हो लखी जी, जिस तरह चिट्टे दी गल कर रहे हो या बाइबल कला कांड दी गल कर रहे हो या गुरु साहब दे अंग पाड़ के सिटे गए उहनां दी, या केड़ी ट्रैजडी दी गल कर रहे हो? मैं उस ट्रैजडी दी गल करोना दी ट्रैजडी दी गल कर रहा हूं, मैं उस ट्रैजडी दी गल कर रहा हूं, मैं उस ट्रैजडी दी गल कर रहा हूं जो कि दशहरे दे विच जौड़ा फाटक च हुंदी है, अगले साल बटाले तुहाडे हल्के दे विच ओह हो जांदा है, उहदियां जांच कमेटियां बणदियां ने, हुण हूच दी ट्रैजडी हो जांदी है। ते आ जिहड़ी तुसीं तिन त्रासदियां दा जिक्र कीता, चिट्टे दी गल कह, बेदबीआं दी गल है, ये उस तो वड्डी ट्रैजडी हो जाती है जदों कि असी सत्ता विच आने तो बाद भी इन्हां मामलों नूं मुकम्मल अंजाम तक नहीं पहुँचा सकते। हुण मेरा मुद्दा तो जनता एक सवाल पूछना चाहती है भी अकाली दल जिन्ना बदनाम हो चुका है या उन्होंने जिहड़े किता सीगा उन्होंने सामने आ रहा है, लेकिन अपनी सरकार ने की किया? बिल्कुल मैं समझदा अज गल नहीं पकड़ी गई, जाखड़ वर्सेस दुल्लो एंड प्रताप बाजवा लड़ाई नहीं हो सकता, वर्सेस देम आई हैव डन एज अ जॉब एज अ कांग्रेस प्रेसिडेंट, सो दैट कांग्रेस पार्टी दे अंदर डिसिप्लिन मेरे तो ज्यादा समझदे है, मर्यादावां नु डिसिप्लिन नु उन्होंने क्रॉस किया, आई हैव गिवन माई रिकमेंडेशंस इट्स फॉर द कांग्रेस हाई कमांड जो भी एक्शन लेंदी है। जिथे ताई बेअदबी दा सवाल है, जिथे ताई चिट्टे वाले मगरमच्छा का सवाल है, जिथे ताई बाइबल कलां दे जनरल डायर का सवाल है, बिल्कुल सानू पकड़ लेने चाहिए सी। दैट डजंट मीन मैं जाके गवर्नर साहब नूं अमित शाह जी नूं कहां
भी जाके तुसी साडी सरकार डिसमिस कर दिओ जी, असी साढ़े तीन साल उन्हां नूं पकड़ नहीं सके। मेरा आ तां चिट्ठी लिखण दा फर्ज बनता है अमित शाह जी नूं, कहां भी साडी इनफोर्समेंट डायरेक्टोरेट की जिहड़ी सरदार निरंजन सिंह कोल फाइल पई है वह तुसीं खोल दिओ ताकि निबेड़िए इस काम नूं, जवानी नूं बचाइए। बट आई कैन नॉट अगेंस्ट माई ओन गवर्नमेंट भी जी नहीं पकड़े गए, आई कैन राजधर्म की गल आ रही है ना, मैं भी कह रहा हूं राजधर्म थोड़ी पार्टी की जिम्मेवारी तो लोगों के प्रति भी है ना, वोटां तां लोगों ने दित्ती है। लगता भी साढ़े तो इनकुआरी ला दिओ, तुसीं मेरी सरकार से इनकुआरी ला दिओ, दिस इज़ अ डिफरेंस बिटवीन ट्रीच। देखो किते ना किते गद्दारी ते अपने, देखो एक धर्म हुंदा है 40 साल जिस शाख ते बैठे हैं साहब पेड़ चे उन्हों जाके असी वड़न लग जाइए। दिस लकी साहब फ्रॉम थोड़े एडे सीनियर जर्नलिस्ट इस किस्म की गल पुछना मैं ठीक नहीं समझदा। एक देयर इज अ लाइन ऑलसो, तुसी गद्दारी किनू कहिंदे फिर, वट इज गद्दारी जिस पार्टी ने तुहाडी होंद बनाई? नहीं, मैं आई डोंट रेफर टू यू, मैं जिहड़े लोग मेरे तो सियाने उन्हां नूं कह रहा भी तुसी आ किहड़ी गल। मेरा सिर्फ इहनां दे पंजाब प्रदेश कांग्रेस कमेटी सुनील जाखड़ या वो सारे जिहड़े चुने हुए नुमाइंदे ने उन्हां दी लोकां दे प्रति अकाउंटेबिलिटी, अज्ज लोग सवाल भालदे ने भी एड्डी वड्डी ट्रैजेडीज हो रही ने, हूज दी ट्रैजेडी मैं गल कर रहा, तो इस चाहे अकाली दल सियासत करता, आम आदमी पार्टी करते, कांग्रेस अपनी सियासत दे विच उलझ गई। कंडे बीजे साहब 10 साल तई इन्ने गहरे कंडे बीजे गए है, साड़ी जिहड़ी कमी मैं समझदा भी असी उस मसले नूं जड़ों अजे कढ़न च कामयाब नहीं होए, बट साड़ी जिहड़ी कमी आ रह गई आ, इन्नी कमजोरी रह गई, दैट डज नॉट गिव दैम ए क्लीन चिट। कमजोरी रही है साहब, कितने कि अनगैली हुई है, इस चे तो कोई दो राय नहीं, ना प्रताप बाजवे नाल इस गल ते मेरी कोई खुंद डिफरेंसिज है, ना दुल्लो साहब ने, मेरे तो है भी तुसी इस मसले नूं लैके गवर्नर साहब कोल जाके पंजाब कांग्रेस की सरकार जाओ गवर्नर साहब कोल, पर सरकार वास्ते तुसी सरकार अपनी सरकार के खिलाफ करी जाने, नो दिस इज नॉट डन साहब। तुसी कल अमित शाह जी ना कहोगे जी डिसमिस कर दिओ जी पंजाब की सरकार, डिसमिस कर दिओ तो पाली जांदे है, इस तो वड्डा होर उन्हां नूं चाहिए की है? दिस इज दे आर प्लेइंग राइट इन टू देयर हैंड्स। अज सानू कहना हमें पराए छोलों का डर ने, हमें तो डर तो आतिशे गुल से है कि ये चमन को जलाने दे, ऐसे दोस्त सानू दुश्मन नालों माड़े है जिहड़े अंदर बैठ के अज फिर राम भगवान राम दी अज दिन दी गल करी जाने आ। विभीषण का नाम ही नाल ही आंदा साहब, विभीषण जिहड़े किस वजह नाल देखो की ओहदे लक्षण सीगे, सो सानू अज विभीषण नाल दी लोड़ नहीं, सानू कट्ठे हो के कम करन दी लोड़ सी जी, इत्थे नहीं सुनवाई जे सुनील नाल खुंदक सी जाके मैडम सोनिया जी नूं कह देंदे भी सुनील ठीक कम नहीं कर रहे जी, सुनील ने आवाज नहीं चक्की। ਪਰ ਉਹਨਾਂ ਦੇ ਸੈਂਟੈਂਸ ਤੁਹਾਡੇ ਨਾਲ ਤਾਂ ਕੋਈ ਪ੍ਰੋਬਲਮ ਸੀ ਨਹੀਂ ਨਾ, ਹਾਂਜੀ ਤੁਹਾਡੇ ਨਾਲ ਕੀ ਪ੍ਰੋਬਲਮ ਸੀ? ਤੁਸੀਂ ਤਾਂ ਪਾਰਟੀ ਦੇ ਪ੍ਰਧਾਨ ਹੋ ਨਾ, ਤੁਹਾਡੇ ਖਿਲਾਫ ਕਿਉਂ ਗੱਲ ਕਰਨਗੇ ਜੇ ਤੁਹਾਡੇ ਕੋਲ ਪੁਆਇੰਟ ਨਹੀਂ? ਉਹਨਾਂ ਕੋਲ ਤੁਹਾਡੇ ਉਹਨਾਂ ਦਾ ਪੁਆਇੰਟ ਤੁਸੀਂ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਨਾ, ਇਹ ਤਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਤੁਹਾਡੇ ਤੇ ਟੂ ਐਕਸਪਲੇਨ ਦੇਅਰ ਕੰਡਕਟ, ਮੈਨੂੰ ਨਾ ਦੱਸਣ ਮੈਡਮ ਸੋਨੀਆ ਨੂੰ ਦੱਸਣ ਵੀ ਕਿਹੜੇ ਵਜੂਹਾਤ ਸੀਗੇ, ਵੀ ਕਿਹੜੇ ਦਿਨ ਮੈਡਮ ਉਹਨਾਂ ਨੂੰ ਨਹੀਂ ਮਿਲੇ ਜਾਂ ਰਾਹੁਲ ਜੀ ਉਹਨਾਂ ਨੂੰ ਨਹੀਂ ਮਿਲੇ ਜਿੱਥੇ ਉਹ ਦੱਸ ਨਹੀਂ ਸਕੇ ਕਿਹੜੇ ਹਾਲਾਤ ਪੰਜਾਬ 'ਚ ਬਣ ਰਹੇ, ਸੋ ਉਸ ਗੱਲ ਨੂੰ ਉਹ ਕਵਰ ਨਹੀਂ ਕਰ ਸਕਦੇ। ਅੱਜ ਮਸਲਾ ਹੈ ਉਹਨਾਂ ਨੂੰ ਦੱਸਣਾ ਪਊਗਾ, ਆਹ ਤੁਹਾਡੀ ਗੱਲ 'ਚ ਜਿਹੜੀ ਗੱਲ ਆਈ ਹੈ, ਹੀ ਹੈਜ਼ ਟੂ ਐਕਸਪਲੇਨ ਕਿਹੜਾ ਖਤਰਾ ਹੈ। ਪਹਿਲਾਂ ਤਾਂ ਉਹਨਾਂ ਨੂੰ ਸਿਕਿਓਰ ਕਰੀਏ, ਆਈ ਵੁੱਡ ਲਾਈਕ ਹਿਮ ਟੂ ਬੀ ਪ੍ਰੋਟੈਕਟਿਡ ਬਾਏ ਪੰਜਾਬ ਸਰਕਾਰ, ਅਗਰ ਉਹਨਾਂ ਨੂੰ ਪੰਜਾਬ ਸਾਰੀ ਫੋਰਸਿਸ ਪੰਜਾਬ ਸਰਕਾਰ 'ਤੇ ਨਹੀਂ ਭਰੋਸਾ ਫਿਰ ਅਮਿਤ ਸ਼ਾਹ ਜੀ, ਪਰ ਉਹ ਕਹਿ ਦੇਣ ਵੀ ਮੈਨੂੰ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਅਤੇ ਮੈਂ ਉੱਥੋਂ ਜਾ ਕੇ 4 ਗਨਮੈਨ ਹੋਰ ਲੈਣੇ, ਲੈ ਲੈਣ ਸਾਹਿਬ, ਬਟ ਹੀ ਹੈਜ਼ ਟੂ ਬਿਕਮ ਕਲੀਅਰ ਆਊਟ ਕਲੀਅਰ ਨਾਓ, ਅਦਰਵਾਈਜ਼ ਮੈਂ ਸਵਾਲ ਮੈਨੂੰ ਲੋਕਾਂ ਨੇ ਪੁੱਛਿਆ ਸਾਹਿਬ, ਆਹ ਸਵਾਲ ਇਕੱਲਾ ਸੁਨੀਲ ਜਾਖੜ ਨਹੀਂ ਪੁੱਛ ਰਿਹਾ, ਤੁਹਾਡੇ ਮਨ 'ਚ ਨਹੀਂ ਸੀ ਆਇਆ ਜਿੱਦਣ ਤੁਸੀਂ ਪੜਿਆ ਵੀ ਵਾਈ ਤੋਂ ਜ਼ੈਡ ਕੈਟੇਗਰੀ ਕਰਦੀ ਗਈ, ਤੁਹਾਡੇ ਨਹੀਂ ਮਨ 'ਚ ਆਇਆ ਵੀ ਆਹ ਕੀ ਹੋ ਰਿਹਾ? ਡਾਕਟਰ ਮਨਮੋਹਨ ਸਿੰਘ ਤੋਂ ਜ਼ਿਆਦਾ ਵੱਡੇ ਆਪਣੇ ਆਪ ਨੂੰ ਸਮਝਣ ਲੱਗੇ ਪ੍ਰਤਾਪ ਜੀ, ਨਹੀਂ ਆਈ ਥਿੰਕ ਇੰਨਾ ਗੁਮਾਨ ਵੀ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਅਤੇ ਐਡਾ ਮਨ ਕੋਈ ਖਤਰੇ ਵਾਲੇ ਹਾਲਾਤ ਵੀ ਨਹੀਂ ਲੱਗਦੇ, ਸੋ ਆਈ ਥਿੰਕ ਦੀਜ਼ ਆਰ ਕੁਐਸਚਨਸ ਵਿਚ ਹੈਵ ਰਿਜ਼ਨ ਆਊਟ ਆਫ ਦਾ ਸਿਚੁਏਸ਼ਨ, ਇਹਨਾਂ ਦਾ ਜਵਾਬ ਵੀ ਲੋਕ ਚਾਹਣਗੇ। ਬਟ ਇੱਕ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਜੀ, ਇਟਸ ਨਥਿੰਗ ਟੂ ਲਾਫ ਅਬਾਊਟ ਇਟ, ਬੜਾ ਗੰਭੀਰ ਮਸਲਾ ਆ ਜੋ ਕੁਛ ਹੋਇਆ ਜੀ ਜੀ, ਮੈਂ ਅਤੇ ਮੈਂ ਤੁਹਾਨੂੰ ਮੰਨਦਾ ਵੀ ਆ 45 ਬੰਦੇ ਪਕੜੇ ਗਏ ਜੀ, ਕਿੰਗ ਬਨ ਪਕੜਿਆ ਗਿਆ ਜੀ, ਹਮੇਸ਼ਾ ਇਹ ਹੁੰਦਾ ਜਦੋਂ ਰੌਲਾ ਪੈਂਦਾ ਉਸ ਟਾਈਮ ਮਾਰ ਧਾੜ ਹੁੰਦੀ ਹੈ ਫੜ ਕੇ ਜੀ ਅੰਦਰ ਕਰਤੇ ਜੀ, ਪਰ ਜਿਵੇਂ ਐਕਸੀਡੈਂਟ ਦੇ ਕੋਲ ਨੂੰ ਨਿਕਲਦੇ ਹਾਂ ਨਾ 10-20 ਕਿਲੋਮੀਟਰ ਦਾ ਆਪਾਂ ਵੀ ਸਪੀਡ ਬੜਾ ਕੰਟਰੋਲ ਕਰਕੇ ਚੱਲਦੇ ਹਾਂ, 20 ਕਿਲੋਮੀਟਰ ਪਾਰ ਹੋਏ ਉਹਦੇ ਬਾਅਦ ਉਸੇ ਤਰ੍ਹਾਂ ਹੀ 100-120 ਗੱਡੀ ਚੱਲੀ ਜਾਂਦੀ ਹੈ। ਮੈਂ ਜਿਹੜੀ ਗੱਲ ਕੈਪਟਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ, ਲੈਟਸ ਇਨਸ਼ੋਰ ਅ ਸਿਸਟਮ ਵੀ ਆ, ਰੋਜ਼ ਰੋਜ਼ ਆ ਜਿਸ ਕਿਸਮ ਦੀ ਆ ਜਾਂਦੀਆਂ, ਅੱਜ ਕਿਤੇ ਆ ਹੋ ਗਿਆ ਜੀ ਕੱਲ੍ਹ ਹੋ ਗਿਆ, ਸਿਸਟਮ ਇਸ ਕਿਸਮ ਦਾ ਆਵੇ ਵੀ ਸਿਸਟਮ 'ਚ ਕਿੱਥੇ ਕਮੀ ਹੈ, ਕਿਹੜੇ ਲੋਕ ਹੈ, ਵਾਈ ਨੋਟ ਐਵਰੀ ਡੇ ਸੱਚ ਕਾਇੰਡ ਆਫ ਹੈ ਵਿਜੀਲੈਂਸ ਇਜ਼ ਮੈਂਟੇਨਡ ਵੀ ਆ ਗਲਤ, ਸਾਰਿਆਂ ਨੂੰ ਪਤਾ ਹਰੇਕ ਆਹ ਬੇਟ ਦੇ ਇਲਾਕੇ 'ਚ, ਮੰਡ ਦੇ ਇਲਾਕੇ 'ਚ ਜਿੱਥੇ ਬੈਠੇ ਭੱਠੀਆਂ ਲੱਗੀਆਂ ਸੀਗੀਆਂ ਇਹਨਾਂ ਨੇ, ਉਹਨਾਂ ਲੋਕਾਂ ਨੂੰ ਪੋਲੀਟੀਕਲ ਪੈਟਰਨੇਜ ਦਿੱਤੀ ਸੀ ਅਕਾਲੀਆਂ ਨੇ,
ਕੁਛ ਉਹਦੀਆਂ ਬੰਦ ਹੋ ਗਈਆਂ ਕੁਛ ਅਜੇ ਵਿੱਚ ਬੰਦ ਕਰੋ ਸਾਹਿਬ ਦਿਸ ਸ਼ੁੱਡ ਬੀ ਫਿਨਿਸ਼ ਅੱਜ ਤਾਂ ਇਹ ਵੀ ਗੱਲ ਆਉਂਦੀ ਸੀ ਨਾ ਕਾਂਗਰਸ ਦੇ ਕਿਹੜਾ ਐਮ ਐਲ ਏ ਜਾਂ ਕਾਂਗਰਸ ਦੇ ਜਿਹੜੇ ਸਰਪ੍ਰਸ ਨੇ ਉਹ ਕਿਹੜਾ ਸੰਰਕਸ਼ਣ ਨਹੀਂ ਦੇ ਰਹੇ ਮੁੱਦਾ ਤਾਂ ਹੀ ਖੜਾ ਹੋ ਰਹਿਣਾ ਅੱਜ ਵੀ ਤੁਹਾਡੇ ਲੀਡਰਾਂ ਨੇ ਵੀ ਆਪਣੇ ਕੈਬਨਿਟ ਵਜ਼ੀਰਾਂ ਤੱਕ ਦੇ ਨਾਂ ਲੈਦੇ ਹੈਗੇ ਨੇ ਹੁਣ ਦੇਖਾਂਗੇ ਕਾਰਵਾਈ ਕੀ ਹੁੰਦੀ ਹੈ ਇਹ ਤਾਂ ਬਤੌਰ ਪਾਰਟੀ ਪ੍ਰਧਾਨ ਤੁਹਾਨੂੰ ਵੀ ਦੇਖਣਾ ਪੈਣਾ ਤੁਹਾਨੂੰ ਵੀ ਦੇਖਣਾ ਪੈਣਾ ਵੀ ਜੇ ਐਲੀਗੇਸ਼ਨਸ ਆ ਰਹੇ ਨੇ ਇਨ ਦਾ ਲਾਈਟ ਆਫ ਸੱਚ ਅ ਸੀਰੀਅਸ ਟ੍ਰੈਜਡੀ ਸੋ ਹਾਊ ਸੀਰੀਅਸਲੀ ਯੂ ਟੇਕ ਇਟ ਨਾਮ ਲੈਣਾ ਦੇਖੋ ਸਾਰੇ ਮੈਂ ਨਾਮ ਤਾਂ ਮੇਰਾ ਪੋਲੀਟੀਕਲ ਆਪੋਜੀਸ਼ਨ ਨਾਮ ਤਾਂ ਆਪਾਂ ਸਾਰਾ ਪੰਜਾਬ ਲਈ ਜਾਂਦਾ ਸਾਰੇ ਪੰਜਾਬ ਨੂੰ ਪਤਾ ਹੈ ਸੁਨੀਲ ਜਾਖੜ ਦਾ ਨਾਮ ਤਾਂ ਨਹੀਂ ਕਦੇ ਸ਼ਰਾਬ ਜਾਂ ਕਿਸੇ ਵੀ ਮਾਮਲੇ 'ਚ ਆਇਆ ਹੋਵੇ ਪੁਆਇੰਟ ਆ ਨਾ ਸਰ ਦੇਖੋ ਪੰਜਾਬ ਜਿੱਥੇ ਅੱਗ ਹੋਏਗੀ ਤਾਂ ਤੂੰ ਆ ਉੱਥੇ ਉੱਠੇਗਾ ਨਾ ਮਾਫੀਆ ਦੀ ਸਪੋਰਟ ਕਰੀ ਜਾਂਦਾ ਦੂਰ ਸਾਹਿਬ ਚਲੋ ਉਹਨਾਂ ਦੇ ਦੇਖੋ ਇਹ ਦੋਵੇਂ ਲੀਡਰਾਂ ਦੇ ਰਿਐਕਸ਼ਨ ਆਏ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਪਹਿਲਾਂ ਤੁਹਾਡੇ ਤੇ ਇਲਜ਼ਾਮ ਲਾਇਆ ਪਹਿਲਾਂ ਤੁਸੀਂ ਇਲਜ਼ਾਮ ਲਾਇਆ ਦੀ ਗੱਲ ਨਹੀਂ ਮੈਂ ਇਲਜ਼ਾਮ ਨਹੀਂ ਲਾਇਆ ਸਰ ਮੈਂ ਤਾਂ ਜਿਹੜਾ ਅਫੈਕਟ ਉਹਦੇ ਉੱਤੇ ਆ ਗਿਵਨ ਮਾਈ ਤੁਹਾਨੂੰ ਸਰਟੀਫਿਕੇਟ ਦੇਤਾ ਤੁਸੀਂ ਉਹਨਾਂ ਨੂੰ ਬਿਲਕੁਲ ਨਾਟ ਅ ਸਰਟੀਫਿਕੇਟ ਆ ਰਿਐਕਟਡ ਟੂ ਅ ਸਿਚੁਏਸ਼ਨ ਵਿਚ ਵਾਸ ਕ੍ਰੀਏਟਡ ਸੋਲੀ ਐਂਡ ਸੋਲੀ ਬਾਈ ਦੈਮ ਫਾਰ ਦੇਅਰ ਓਨ ਪਰਸਨਲ ਗਲੋਰੀਫਿਕੇਸ਼ਨ ਐਟ ਦ ਕੋਸਟ ਆਫ ਦ ਪਾਰਟੀ ਆਪਣੇ ਆਪ ਨੂੰ ਹੀਰੋ ਬਣਾਉਣ ਵਾਸਤੇ ਪਾਰਟੀ ਦਾ ਨੁਕਸਾਨ ਪਾਰਟੀ ਨੂੰ ਇਸਤੇਮਾਲ ਅਸੀਂ ਨਹੀਂ ਕਰਨ ਦਿਆਂਗੇ ਦੈਟ ਇਜ਼ ਵਨ ਥਿੰਗ ਬਟ ਇਹਨਾਂ ਲੋਕਾਂ 'ਤੇ ਇਸ ਤਰ੍ਹਾਂ ਦਾ ਪੱਕਾ ਇੰਤਜ਼ਾਮ ਕੀਤਾ ਜਾਵੇ ਚਾਹੇ ਕੋਈ ਕਾਂਗਰਸ ਹੀ ਹੈ ਚਾਹੇ ਕੋਈ ਅਕਾਲੀ ਪੁਰਾਣਾ ਇੱਥੇ ਬੈਠੇ ਇੱਥੇ ਮਾਰੀ ਜਾਂਦਾ ਹੈ ਜਾਂ ਕੋਈ ਲੱਤਾਂ ਇੱਧਰ ਉੱਧਰ ਮਾਰੀ ਜਾਂਦਾ ਹੈ ਜਾਂ ਕੋਈ ਕਿਸੇ ਪਾਰਟੀ ਦਾ ਹੂਸਐਵਰ ਹਾਈ ਐਨ ਮਾਈਟੀ ਇਜ਼ ਉਹਦੇ 'ਤੇ ਕਾਰਵਾਈ ਇਹ ਜੀ ਹੋਵੇ ਇਟ ਸ਼ੁੱਡ ਬੀ ਐਗਜ਼ੈਂਪਲਰੀ ਪਨਿਸ਼ਮੈਂਟ ਨੋਟ ਓਨਲੀ ਇਨ ਦਿਸ ਸਫੀਅਰ ਜਿੱਥੇ ਕਿਤੇ ਵੀ ਹੈ ਬਾਕੀ ਮਸਲੇ ਵੀ ਸਰਕਾਰ ਦੇ ਪੱਖੋਂ ਢਿੱਲ ਨਹੀਂ ਮੰਨਦੇ ਇਸ ਚੀਜ਼ ਨੂੰ ਵੀ ਕਾਰਵਾਈ ਕਹਿ ਰਿਹਾ ਵੀ ਕਮਜ਼ੋਰੀ ਰਹੀ ਹੈ ਸਾਹਿਬ ਜੀ ਕਿਤੇ ਕਮੀ ਰਹੀ ਹੈ ਤੁਹਾਨੂੰ ਦੂਰ ਕਰਾਂਗੇ ਦਿਸ ਇਜ਼ ਨਾਟ ਦ ਵੇ ਵੀ ਤੁਹਾਡੇ ਸੀਐਮ ਸਾਹਿਬ ਨੇ ਵੀ ਕਿਹਾ ਕੋਈ ਫੋੜਾ ਹੋ ਗਿਆ ਤਾਂ ਤੁਸੀਂ ਜਾ ਕੇ ਆ ਤਾਂ ਨਹੀਂ ਕਹਿੰਦੇ ਵੀ ਐਂਪੂਟੇਟ ਕਰ ਦਿਓ ਜੀ ਬਾਂਹ ਕੱਟ ਦਿਓ ਜੀ ਦੇਰ ਇਜ਼ ਅ ਪ੍ਰੋਬਲਮ ਪ੍ਰੋਬਲਮ ਇਜ਼ ਲੋਕ ਇਹਨਾਂ ਗੱਲਾਂ ਦਾ ਆ ਜਿਹੜੇ ਨਸੂਰ ਨਾ ਬਣ ਜਾਣ ਮੈਂ ਤਾਂ ਬਾਰ ਬਾਰ ਆਈ ਕਹਿ ਰਿਹਾ ਬਟ ਵਿਦ ਇਨ ਦਾ ਪਾਰਟੀ ਫੋਰਮ ਵੀ ਕੈਨ ਸੁਜੈਸਟ ਵੀ ਕੈਨ ਨਾਟ ਸੇ ਵੀ ਇਹਨੂੰ ਜਾ ਕੇ ਪਾਰਟੀ ਸਰਕਾਰ ਸਿੱਟ ਦਿਓ ਜੀ ਫਿਰ ਕਿਹਨਾਂ ਨੂੰ ਜਿਹਨਾਂ ਚਿੱਟਾ ਭੇਜਦੇ ਸੀ ਇਹਨਾਂ ਨੂੰ ਬਣਾਉਣਾ ਚਾਹੁੰਦੇ ਪ੍ਰਤਾਪ ਬਾਜਵਾ ਜੀ ਜੇ ਉਹ ਕਹਿੰਦੇ ਆ ਵੀ ਨਹੀਂ ਮੈਂ ਚਾਰ ਗਨਮੈਨਾਂ ਵਾਸਤੇ ਨਹੀਂ ਕੀਤਾ ਫਿਰ ਉਹਨਾਂ ਨੇ ਕੀ ਸਮਝੌਤਾ ਕਰਕੇ ਆਏ ਵੀ ਉੱਥੋਂ ਚੀਫ ਮਿਨਿਸਟਰ ਹੀ ਲੈ ਕੇ ਆਏ ਆ ਵੀ ਮੈਨੂੰ ਬਣਵਾ ਦਿਓ ਜੀ ਉਹ ਦੱਸ ਦੇਣ ਵੀ ਨਹੀਂ ਸੁਨੀਲ ਤਾਂ ਗਲਤ ਕਰ ਰਿਹਾ ਮੇਰੀ ਕੀਮਤ ਜਿਹੜੀ ਹੈ ਚਾਰ ਗਨਮੈਨ ਨਹੀਂ ਮੈਂ ਤਾਂ ਹੋਰ ਸਮਝੌਤਾ ਕਰਕੇ ਆਇਆ ਉਹ ਦੱਸ ਦੇਣ ਕਿਹਨੂੰ ਬਣਾਉਣਾ ਚਾਹੁੰਦੇ ਹੈ ਸੋ ਦੇਅਰ ਹੈਜ਼ ਟੂ ਵੀ ਪੂਰੇ ਸਿਸਟਮ ਦੇ ਅੰਦਰ ਤਰੀਕਾ ਪਾਲਣਾ ਪਊਗਾ ਸਰ ਅਸੀਂ ਲੋਕਾਂ ਕੋਲ ਜਾਣਾ ਹੈ ਸਾਹਿਬ ਰਾਜ ਸਭਾ ਮੈਂਬਰ ਨੇ ਵੋਟਾਂ ਲੈਣ ਨਹੀਂ ਜਾਣਾ ਸਰਕਾਰ ਦੇ ਜਿੰਨੇ ਵੀ ਵਜ਼ੀਰ ਹੈ ਐਮ ਐਲ ਏ ਹੈ ਜਾਂ ਲੋਕਾਂ 'ਚ ਜਾਣਗੇ ਗੱਲਾਂ ਦਾ ਜਵਾਬ ਦੇਣਾ ਪਊਗਾ ਦੇ ਕੈਨ ਨਾਟ ਅਫੋਰਡ ਉਹ ਤਾਂ ਦੇਖੋ ਰਾਜ ਸਭਾ ਵਾਲੀ ਮੈਂਬਰੀ ਦੇ ਜਿਹੜੇ ਅਫਸਰਾਂ ਵਾਲੀ ਹੈ ਵੀ ਇਹ ਤਾਂ ਇੱਕ ਵਾਰੀ ਬਣ ਗਏ ਪੱਕੇ ਇਹਨੂੰ ਕੋਈ ਛੇੜ ਨਹੀਂ ਸਕਦਾ ਚਾਹੇ ਕੁਛ ਹੋ ਜਾਏ ਨਾ ਇਹ ਤਾਂ ਟ੍ਰਾਂਸਫਰ ਵੀ ਨਹੀਂ ਹੁੰਦੇ ਅਫਸਰ ਤਾਂ ਕੋਈ ਗਾਂਹ ਪਿਛਾਂ ਕਰਕੇ ਚਲੋ ਟ੍ਰਾਂਸਫਰ ਕਰ ਦੇ ਕੋਈ ਟਰਮੀਨੇਸ਼ਨ ਤਾਂ ਕਿਸੇ ਦੀ ਹੋਈ ਨਹੀਂ ਨਾ ਇਹਨਾਂ ਦੀ ਹੁੰਦੀ ਪਰ ਅਸੀਂ ਜਿਹੜੇ ਲੋਕ ਜਵਾਬਦੇ ਹੈ ਸਰਕਾਰ ਜਵਾਬਦੇ ਹੈ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਭਰੋਸਾ ਮੈਂ ਲੱਕੀ ਦਿਵਾਉਣਾ ਚਾਹੂੰਗਾ ਵੀ ਜਿਹੜਾ ਇਸ਼ੂ ਹੈ ਸਰਕਾਰ ਦੇ ਕੈਪਟਨ ਸਾਹਿਬ ਦੇ ਦਿਮਾਗ ਦੇ ਉੱਤੇ ਬਹੁਤ ਉਹਨਾਂ ਨੇ ਇਹਨੂੰ ਕਹਿ ਤਾ ਵੀ ਮੌਤਾਂ ਨਹੀਂ ਹੋਈਆਂ ਕਤਲ ਹੋਏ ਹੈ ਆਈ ਥਿੰਕ ਦੈਟਸ ਅ ਵੈਰੀ ਸੀਰੀਅਸ ਸਟੇਟਮੈਂਟ ਔਨ ਹਿਸ ਪਾਰਟ ਆਖਰੀ ਸਵਾਲ ਤੁਹਾਡੇ ਤੋਂ ਵੀ ਸਵਾਲ ਤਾਂ ਹੀ ਖੜਾ ਹੋ ਰਿਹਾ ਵੀ ਇੰਨੀ ਗੱਲਾਂ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਇੰਨੀਆਂ ਮੈਲ ਪ੍ਰੈਕਟਿਸਿਸ ਚੱਲ ਰਹੀਆਂ ਨੇ ਤੁਸੀਂ ਲਗਾਤਾਰ ਕਹਿ ਰਹੇ ਵੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈਆਂ ਜਿਹੜੀਆਂ ਭੈੜੀਆਂ ਚੀਜ਼ਾਂ ਜਾਂ ਜਿਹੜੀਆਂ ਕੁਰੀਤੀਆਂ ਸਨ ਉਹ ਅੱਜ ਕੰਟੀਨਿਊ ਨੇ ਸਰਕਾਰ ਉਸ 'ਤੇ ਨੱਥ ਨਹੀਂ ਪਾ ਸਕੇ ਤੁਸੀਂ ਇਸ ਦਾ ਇਨਕਸ਼ਾਫ ਵੀ ਕਰ ਚੁੱਕੇ ਹੋ ਲੇਕਿਨ ਮੁੱਦਾ ਇਹ ਖੜਾ ਹੁੰਦਾ ਵੀ ਅੱਜ ਉਹੀ ਅਕਾਲੀ ਦਲ ਇੱਕ ਐਗਰੈਸਿਵ ਫੋਰਮ ਦੇ ਵਿੱਚ ਨਜ਼ਰ ਆਉਂਦਾ ਤੁਸੀਂ ਤਾਂ ਆਪਣੇ ਵੱਲੋਂ ਮੈਂ ਕਹਿ ਸਕਦਾ ਵੀ ਸੁਖਜਿੰਦਰ ਰੰਧਾਵਾ ਅਤੇ ਯੂ ਨੋ ਕ੍ਰੈਡਿਟ ਗੋਜ਼ ਟੂ ਯੂ ਵੀ ਸੁਨੀਲ ਜਾਖੜ ਹੋਣਾ ਨੇ ਬੇਅਦਬੀ ਦੇ ਮੁੱਦੇ 'ਤੇ ਕੋਈ ਕਸਰ ਨਹੀਂ ਛੱਡੀ ਹਰ ਉਹ ਤੁਸੀਂ ਤੱਥ ਨੂੰ ਉਜਾਗਰ ਕੀਤਾ ਜੋ ਕਿ ਸਵਾਲ ਚੁੱਕਦਾ ਹੈ ਲੇਕਿਨ ਉਸ ਸਵਾਲ ਦੇ ਜਵਾਬ ਜਿਹੜੇ ਨੇ ਉਹ ਜਿਹੜੀ ਸਰਕਾਰ ਨੂੰ ਦੇਣੇ ਚਾਹੀਦੇ ਨੇ ਉਹ ਵੀ ਤੁਹਾਡੀ ਸਰਕਾਰ ਹੈ ਹੁਣ ਬਾਰ ਬਾਰ ਅਕਾਲੀਆਂ 'ਤੇ ਜਾਂ ਪਾਰਟੀਆਂ 'ਤੇ ਸਵਾਲ ਕਰ ਕਰਕੇ ਜਾਂ ਉਹਨਾਂ ਦੇ ਜਿਹੜਾ ਉਹਨਾਂ ਦੀ ਜਿਹੜੀਆਂ ਕਮੀਆਂ ਨੂੰ ਉਜਾਗਰ ਕਰ ਕਰਕੇ ਕਿਤੇ ਨਾ ਕਿਤੇ ਆਪਾਂ ਸਵਾਲ ਆਪਣੇ 'ਤੇ ਖੜਾ ਕਰ ਲੈਂਦੇ ਵੀ ਅਸੀਂ ਕੀ ਕਰ ਪਾਏ ਹੁਣ ਆ 7 ਅਗਸਤ ਨੂੰ ਅੱਜ ਕੋਰ ਕਮੇਟੀ ਦੇ ਵਿੱਚ ਫੈਸਲਾ ਹੋਇਆ ਵੀ ਬੇਦਬੀਆਂ ਦਾ ਇੱਕ ਮਾਮਲਾ ਸਾਹਮਣੇ ਆਇਆ ਪਟਿਆਲੇ ਦੇ ਵਿੱਚ ਉਹਨੂੰ ਲੈ ਕੇ ਅਕਾਲੀ ਦਲ ਧਰਨਾ ਮਾਰੇਗਾ ਸੁਖਬੀਰ ਬਾਦਲ ਨੂੰ ਲੀਡ ਕਰਨਗੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਘਰਾਂ ਦੇ ਬਾਹਰ ਧਰਨੇ ਮਾਰੇ ਜਾਣਗੇ ਇਹ ਸਾਰੀਆਂ ਗੱਲਾਂ ਬਾਤ ਗਵਰਨਰ ਨੂੰ ਦੁਬਾਰਾ ਮਿਲਣ ਦੀ ਗੱਲਬਾਤ ਹੈ ਹੁਣ ਉਹੀ ਪਾਰਟੀਆਂ ਜਿਹੜੀਆਂ ਕਿ ਘਿਰੀਆਂ ਹੋਈਆਂ ਨੇ ਮੁੱਦਿਆਂ 'ਤੇ ਜਿਨ੍ਹਾਂ ਕੋਲ ਕੜੀਕੀ 'ਚੋਂ ਨਿਕਲਣ ਦੀ ਕੋਈ ਥਾਂ ਨਹੀਂ ਹੈਗੀ ਅੱਜ ਇਸ ਕਿਸਮ ਦੀਆਂ ਜਦੋਂ ਤ੍ਰਾਸਦੀਆਂ ਹੋ ਜਾਂਦੀਆਂ ਨੇ ਤਾਂ ਉਸ ਉੱਤੇ ਤੁਹਾਨੂੰ ਅੱਖਾਂ ਦਿਖਾਉਂਦੀਆਂ ਨੇ ਅਤੇ ਤੁਹਾਡੇ ਖਿਲਾਫ ਵੀ ਉਹ ਸਾਰਾ ਇਸ਼ੂ ਲੈ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਇੱਕ ਅਬਜੈਕਟ ਫੇਲੀਅਰ ਹੈ ਤੁਹਾਨੂੰ ਕਿਹਾ ਵੀ ਇਹਨੂੰ ਜਿੰਨਾ ਜਲਦੀ ਇਸ ਨੂੰ ਦਿਸ ਇਸ਼ੂ ਨੀਡਸ ਅ ਕਲੋਜ਼ਰ ਲੋਕਾਂ ਦੇ ਜਿਹੜਾ ਘਾਵ ਹੈ ਉਦੋਂ ਤਾਂ ਹੀ ਨਹੀਂ ਲੱਗੀ ਜੀ ਚਾਹੇ ਸੁਨੀਲ ਜਾਖੜ ਕੁਛ ਕਹਿ ਲਵੇ ਕੋਈ ਕੁਛ ਕਹਿ ਲਵੇ ਉਦੋਂ ਤਾਂ ਹੀ ਨਹੀਂ ਇਹਦੇ 'ਤੇ ਮਲਮ ਲੱਗਦਾ ਜਦੋਂ ਤਾਂ ਹੀ ਅਸਲ ਦੋਸ਼ੀ ਜਿਹੜੇ ਹੈਗੇ ਜਿਹੜੇ ਮਾਸਟਰ ਮਾਇੰਡ ਸੀਗੇ ਸਾਹਿਬ ਮੈਂ ਆ ਨਹੀਂ ਕਹਿੰਦਾ ਵੀ ਉਹ ਤਾਂ ਫੜਵਾਉਣ ਵਾਲੇ ਤਾਂ ਕੋਈ ਕਿਸੇ ਨੂੰ ਕਹਿ ਤਾ ਹੋਣਾ ਵੀ ਤੂੰ ਜਾ ਕੇ ਫਾੜਿਆ ਜਿਨ੍ਹਾਂ
ਇਲੈਕਸ਼ਨਾਂ ਤੋਂ 3 ਦਿਨ ਪਹਿਲਾਂ 2012 ਵਾਲੇ ਇਲੈਕਸ਼ਨਾਂ 'ਚ ਪਹਿਲਾਂ ਲੇਕਿਨ ਕੌਣ ਕੱਢੇਗਾ ਇਹ ਤਾਂ ਕੌਣ ਕੱਢੇਗਾ ਸਿਸਟਮ ਕੱਢ ਲੈ ਤੁਸੀਂ ਕੱਢੇ ਤੁਸੀਂ ਕੋਰਟ ਦੀਆਂ ਫਾਈਲਾਂ ਲਿਆ ਸਾਰੀਆਂ ਚੀਜ਼ਾਂ ਲੇਕਿਨ ਕੋਈ ਫਾਈਲਾਂ ਨਹੀਂ ਲਈਆਂ ਸਭ ਕੌਣ ਕੀ ਕਰੇਗਾ ਜਿੰਨੀ ਵੀ ਇਨਫੋਰਮੇਸ਼ਨ ਪਬਲਿਕ ਡੋਮੇਨ 'ਚ ਅਵੇਲੇਬਲ ਹੈ ਉਹਨੂੰ ਐਨਲਾਈਜ਼ ਕਰਕੇ ਮੈਂ ਤਾਂ ਆਪਣੀ ਗੱਲ ਕੱਢੀ ਹੈ ਆਈ ਐਮ ਟਾਕਿੰਗ ਔਨ ਫੈਕਟਸ ਔਨ ਜਿਹੜੇ ਵਿਚਾਰ ਕੈਨ ਨਾਟ ਬੀ ਡਿਨਾਈਡ ਉਹ ਐਜ਼ ਗੁੱਡ ਐਜ਼ ਚਾਹੇ ਸਰਕਾਰ ਦੀ ਫਾਈਲ 'ਚੋਂ ਕੱਢ ਲਓ ਚਾਹੇ ਅਖਬਾਰਾਂ 'ਚੋਂ ਕੱਢ ਲਓ ਚਾਹੇ ਜਿਹੜੀ ਚੀਜ਼ ਪਬਲਿਕ ਡੋਮੇਨ 'ਚ ਹੈ ਉੱਥੋਂ ਕੱਢ ਲਓ ਪਰ ਅੱਜ ਸਿਰਫ ਉਹਨਾਂ ਨੂੰ ਇਸ਼ੂ ਬਿਲਕੁਲ ਜਦੋਂ ਤਾਈਂ ਇਹਨਾਂ ਨੂੰ ਨਹੀਂ ਪਕੜੇ ਜਾਂਦੇ ਸਾਨੂੰ ਜਵਾਬ ਦੇਣਾ ਪਊਗਾ ਸਭ ਆਈ ਐਗਰੀ ਵਿਦ ਇਟ ਬਟ ਦੈਟ ਡਜ਼ ਨਾਟ ਗਿਵ ਮੀ ਦਾ ਰਾਈਟ ਤੁਸੀਂ ਗਵਰਨਰ ਕੋਲ ਮੈਂ ਜਾ ਕੇ ਕਹੂੰਗੀ ਵਰੰਟ ਕੱਢ ਦਿਓ ਜੀ ਇਨਫੋਰਸਮੈਂਟ ਡਾਇਰੈਕਟਰ ਨਹੀਂ ਸਰ ਆਈ ਦੈਨ ਮੈਂ ਆਪਣੀ ਪਾਰਟੀ ਨਾਲ ਗੱਦਾਰੀ ਕਰੂੰਗਾ ਉਹਨੂੰ ਇਹਨੂੰ ਇੱਕ ਸ਼ਬਦ ਕਹਿੰਦੇ ਨੇ ਪੰਜਾਬੀ 'ਚ ਹਾ ਦਾ ਨਾਰਾ ਮਾਰਨਾ ਵੀ ਜਦੋਂ ਆਪਣੇ ਧਿਰ ਵੱਲੋਂ ਹੀ ਕੋਈ ਜ਼ਿਆਦਾ ਕੰਮ ਨਾ ਹੋ ਪਾ ਰਿਹਾ ਹੋਵੇ ਉਹ ਹਾ ਦਾ ਨਾਰਾ ਹੁਣ ਸਵਾਲ ਅਤੇ ਕੰਟੈਂਸ਼ਨ ਬੋਨ ਆਫ ਕੰਟੈਂਸ਼ਨ ਇਹ ਹੈ ਵੀ ਹਾ ਦਾ ਨਾਰਾ ਪਾਰਟੀ ਦੇ ਅੱਗੇ ਮਾਰਿਆ ਜਾਏ ਜਾਂ ਗਵਰਨਰ ਦੇ ਅੱਗੇ ਮਾਰਿਆ ਜਾਏ ਸ਼ਾਇਦ ਇਸੇ ਲਕਸ਼ਮਣ ਰੇਖਾ ਦੇ ਸਾਹਮਣੇ ਬੜੀ ਗੱਲ ਦੁਸ਼ਮਣ ਦੇ ਨਾਲ ਹੱਥ ਮਿਲਾ ਕੇ ਸਾਹਿਬ ਆਏ ਨਹੀਂ ਸਾਹਿਬ ਉਹ ਹਾ ਦਾ ਨਾਰਾ ਨਹੀਂ ਉਹ ਤਾਂ ਫਿਰ ਲੱਤ ਵੱਢਣ ਵਾਲੀ ਗੱਲ ਹੈ ਉਹ ਤਾਂ ਤੁਸੀਂ ਨਹੀਂ ਉਹ ਤਾਂ ਤੁਸੀਂ ਸਾਹਮਣੇ ਲਲਕਾਰ ਆਏ ਫਿਰ ਤਾਂ ਵੀ ਆ ਮਾਰ ਲਓ ਆ ਗਿਆ ਵੀ ਸੂਤ ਆ ਗਿਆ ਕਪਤਾਨ ਸਾਹਿਬ ਸੂਤ ਆ ਗਿਆ ਵੱਢ ਲਓ ਨਹੀਂ ਆਹ ਤਾਂ ਕੋਈ ਗੱਲ ਨਹੀਂ ਸਾਹਿਬ ਦਿਸ ਇਜ਼ ਲਲਕਾਰ ਹੈ ਤੇ ਬਰਾਬਰ ਦੀ ਸਜ਼ਾ ਹੁੰਦੀ ਹੈ ਤੁਸੀਂ ਅਗਰ ਮਾੜਾ ਮੋਟਾ ਜੁਰਿਸਪ੍ਰੂਡੈਂਸ ਦੇਖਿਆ ਹੋਵੇ ਤਾਂ ਪਤਾ ਹੋਣਾ ਕਿਉਂਕਿ ਅਸੀਂ ਤਾਂ ਪਿੰਡਾਂ 'ਚ ਦੇਖਦੇ ਹਾਂ ਰੋਜ਼ ਕਿਹਾ ਜੀ ਲਲਕਾਰਾ ਮਾਰਨ ਦੀ ਬਰਾਬਰ ਦੀ ਸਜ਼ਾ ਜੇ ਇਹਨੇ ਗੰਡਾਸਾ ਚਲਾਇਆ ਹੋਵੇ ਇਹ ਲਲਕਾਰੇ ਤੋਂ ਅੱਗੇ ਨਿਕਲ ਗਿਆ ਤਾਂ ਜਾ ਕੇ ਸਾਜਿਸ਼ 420 ਬੀ ਜਿਹੜੀ ਬਣਦੀ ਹੈ ਨਹੀਂ ਹੋ ਕਿ 120 ਬੀ ਜਿਹੜੀ ਬਣਦੀ ਹੈ ਉਹਦੇ 'ਚ ਬਰਾਬਰ ਹੈ ਤਾਂ ਜਾ ਕੇ ਇਹਨਾਂ ਨੇ ਕਿਹਾ ਵੀ ਸਰਕਾਰ ਦੇ ਖਿਲਾਫ ਤੁਸੀਂ CBI ਭੇਜ ਦਿਓ ਇਸ ਤੋਂ ਜ਼ਿਆਦਾ ਹੋਰ ਕੀ ਕਰਨਗੇ ਸਰ ਜਾਂ ਮੈਨੂੰ ਦੱਸ ਦੇਣ ਵੀ ਸਿਆਸੀ ਤੌਰ ਤੇ ਪਬਲਿਕ ਡੋਮੇਨ ਦੇ ਵਿੱਚ ਇਹਨਾਂ ਦਾ ਮਾਰਿਆ ਹੋਇਆ ਲਲਕਾਰਾ ਤੇ ਤੁਹਾਡਾ ਪਾਰਟੀ ਫੋਰਮ ਤੇ ਚੁੱਕੇ ਹੋਏ ਜਿਹੜੇ ਨੁਕਤੇ ਹੈਗੇ ਨੇ ਕਿ ਤੁਹਾਡੇ ਲਈ ਭਾਰੀ ਪੈ ਸਕਦੇ ਨੇ ਤੁਹਾਨੂੰ ਲੱਗਦਾ ਵੀ ਹਾਲੇ ਸਮਾਂ ਹੈ ਤੁਹਾਡੇ ਕੋਲ ਤੁਸੀਂ ਕੀ ਟਾਪ ਤੁਸੀਂ ਕੀ ਟਾਪ ਮੈਂ ਬਿਲਕੁਲ ਮਨੂੰ ਪੂਰੀ ਉਮੀਦ ਹੈ ਆਈ ਟੋਟਲੀ ਬਿਲੀਵ ਦੈਟ ਵੀ ਵਿਲ ਕਲਿੰਚ ਥੀਸ ਇਸ਼ੂਸ ਅਸੀਂ ਲੋਕਾਂ ਦੇ ਸਾਹਮਣੇ ਸੱਚਾਈ ਲੈ ਕੇ ਆਵਾਂਗੇ ਸਰ ਵੀ ਇਹ ਲੋਕ ਸੀਗੇ ਜਿਨ੍ਹਾਂ ਨੇ ਆਹ ਸਾਜਿਸ਼ ਰਚੀ ਆਹ ਇਸ ਤਰ੍ਹਾਂ ਸਵਾਂਗ ਨੂੰ ਇਗਨੋਰ ਕੀਤਾ ਗਿਆ ਐਵੇਂ ਆ ਇਹਨਾਂ ਨੂੰ ਲਿੱਤੇ ਗਏ ਐਵੇਂ ਚਾਹੇ 2009 ਦਾ ਪਾਰਲੀਮੈਂਟ ਇਲੈਕਸ਼ਨ 'ਚ ਬਠਿੰਡਾ ਉਹ ਜਨਰਲ ਹੋ ਗਈ ਸਾਨੂੰ ਉੱਥੋਂ ਜਾ ਕੇ ਬਠਿੰਡਿਓਂ ਲੜਨਾ ਪੈ ਗਿਆ ਉੱਥੇ ਇਹਨਾਂ ਦੀ ਵੋਟਾਂ ਬਹੁਤ ਹੈ ਇਸ ਕਰਕੇ ਉਹਨਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਦੇਖੋ ਹਰੇਕ ਬੰਦਾ ਭਾਂਪਦਾ ਜਿਵੇਂ ਅਮਿਤ ਸ਼ਾਹ ਜੀ ਨੇ ਸਾਡੇ ਲੀਡਰ ਦੀ ਔਕਾਤ ਭਾਂਪ ਲਈ ਵੀ ਇੰਨੇ ਗਨਮੈਨਾਂ ਨਾਲ ਗੱਲ ਉਹਨਾਂ ਨੇ ਉਸਨੇ ਡੇਰੇ ਮੁਖੀ ਨੇ ਦੇਖ ਲਿਆ ਵੀ ਇਹਨਾਂ ਨੂੰ ਵੋਟਾਂ ਵਾਸਤੇ ਕੁਛ ਹੀ ਕਰਾ ਲਓ ਉਹ ਆਪਦੀ ਫਿਲਮ ਬਣਾ ਕੇ ਲੈ ਆਇਆ ਫਿਲਮ ਇਹਨਾਂ ਨੇ ਜਦੋਂ ਚੱਲਣ ਨਹੀਂ ਦਿੱਤੀ ਉਹਨੇ ਫਿਰ ਉਹੀ ਜਿਹੜਾ ਉਹਨੇ 2007 ਜਦੋਂ ਕੀਤਾ ਸੀਗਾ ਸਵਾਂਗ ਵਾਲ ਉਹ ਹੀ ਕੰਮ ਫਿਰ ਰਚਤਾ ਉਹ ਹੀ ਫਿਰ ਜਾ ਕੇ ਜਿਹੜੇ ਦਾ ਸੇਮ ਪਰਸੋਨਾ ਜਿਹੜੇ ਐਕਟਰ ਸੀਗੇ ਫਿਰ ਜਾ ਕੇ ਵਿੱਚ ਦੇਖੋ ਜੀ ਕਿਵੇਂ ਉਹਦੇ ਵਿੱਚ ਵੋਟਾਂ ਦੀ ਵੀ ਸਾਂਠ ਗਾਂਠ ਹੋ ਗਈ ਫਿਲਮ ਦੀ ਕਮਾਈ ਬਹੁਤ ਹੋਈ ਹੈ ਉਹ ਸਾਰਾ ਕੁਛ ਉਹ ਸਾਰੇ ਲੋਕ ਮੈਨੂੰ ਤਾਂ ਪਤਾ ਹੈ ਪਰ ਮੇਰੇ ਪਤਾ ਹੋਣ ਨਾਲ ਕਾਨੂੰਨ ਦੀ ਕਾਰਵਾਈ ਚੱਕੀ ਸੁਨੀਲ ਦੇ ਕਹਿਣ ਨਾਲ ਨਹੀਂ ਚੱਲਦੀ ਠੀਕ ਹੈ ਅਦਾਲਤਾਂ ਦੇ ਵਿੱਚ ਟੂ ਬੀ ਕਾਰਪੋਰੇਟਡ ਦੇ ਹੈ ਉਹ ਵੀ ਜਦੋਂ CBI ਵਰਗੀ ਏਜੰਸੀਆਂ ਕੇਸ ਤੁਹਾਨੂੰ ਵਾਪਸ ਦੇਣ ਨੂੰ ਤਿਆਰ ਨਹੀਂ ਇੰਨਾ ਖਿੱਚੋ ਤਾਂ ਅੱਜ ਵੀ ਕੋਰਟ ਦੇ ਵਿੱਚ ਚੱਲਦਾ ਪਿਆ ਮਾਮਲਾ ਮੋਹਾਲੀ ਦੇ ਵਿੱਚ ਸਾਰੀਆਂ ਗੱਲਾਂ ਨੂੰ ਸਿਰੇ ਲਾਣਾ ਪਊਗਾ ਅਦਰਵਾਈਜ਼ ਅਸੀਂ ਕਟਕਰੇ 'ਚ ਖੜੇ ਹੋਵਾਂਗੇ ਸਾਹਿਬ ਇਸ 'ਚ ਤਾਂ ਕੋਈ ਮੈਂ ਲੱਗੀ ਜੀ ਮੈਂ ਮੰਨ ਰਿਹਾ ਕਿਉਂਕਿ ਲੋਕਾਂ 'ਚ ਜਾਣਾ ਜਵਾਬ ਦੇਣੇ ਪੈਣਗੇ ਅੱਜ ਵੀ ਦੇਣੇ ਪੈਂਦੇ ਲੋਕਾਂ 'ਚ ਸਾਨੂੰ ਪੁੱਛਦੇ ਵੀ ਆਹ ਗਨਮੈਨ ਕਿਵੇਂ ਮਿਲ ਦੇਤੇ ਜੀ ਇਹਨਾਂ ਨੂੰ ਸਾਨੂੰ ਉਹ ਵਿਚਾਰਾ ਕੋਈ ਆ ਜਾਂਦਾ ਵੀ ਮੇਰੇ ਦਾ ਮੇਰੇ ਦੇ ਮੇਰੇ ਕੋਲ ਇੱਥੋਂ ਵਿਚਾਰੇ ਆਏ ਉਹਨਾਂ ਨੇ ਦਿਖਾਇਆ ਕਿ ਮੇਰੇ ਆਤੰਕਵਾਦ ਦੇ ਟਾਈਮ ਗੋਲੀਆਂ ਲੱਗੀਆਂ ਸਾਰੀ ਉਹਦੀ ਪਿੰਡ ਇੱਥੇ ਮੇਰੀ ਤਾਂ ਬਚ ਗਈ ਅਤੇ ਮੇਰੇ ਕੋਲ ਇੰਨੇ ਦਿਨ ਗਨਮੈਨ ਸੀਗਾ ਜੀ ਉਹਨੂੰ ਗਨਮੈਨ ਵਿਡਰਾਅ ਹੋ ਗਿਆ ਜੀ ਇਹ ਕੋਵਿਡ ਵਾਲੇ ਚੱਕਰ ਦੇ ਅੰਦਰ ਸਾਡੀ ਜਾਨ ਕੌਣ ਬਚਾਊਗਾ ਅਤੇ ਉਹਨੂੰ ਦੇਈ ਜਾਂਦੇ ਉਹਨੂੰ ਕਿ ਅਮਿਤ ਸ਼ਾਹ ਜੀ ਦੇਈ ਜਾਂਦੇ ਫਿਰ ਉਹਨਾਂ ਦਾ ਮੈਂ ਕੀ ਜਵਾਬ ਦੇ ਸਕਦਾ ਮੇਰੇ ਦਿਮਾਗ 'ਤੇ ਵੀ ਹੋਈ ਹੈ ਮੈਂ ਲੋਕਾਂ ਦਾ ਜਵਾਬ ਦੇਣਾ ਪੈਂਦਾ ਸੋ ਦੀਜ਼ ਆਰ ਦਾ ਕੁਐਸਚਨ ਵਿਚ ਹੈਵ ਟੂ ਬੀ ਆਸਕਡ ਪਬਲਿਕ ਪਬਲਿਕ 'ਚ ਜਦੋਂ ਤੁਸੀਂ ਰਹਿੰਦੇ ਹੋ ਲੱਕੀ ਸਾਹਿਬ ਹਰੇਕ ਚਾਹੇ ਜੈਨੂਇਨ ਹੈ ਨਹੀਂ ਜੈਨੂਇਨ ਹੈ ਚਾਹੇ ਲੱਗਿਆ ਹੋਇਆ ਕਿਸੇ ਦਾ ਚਾਹੇ ਕੋਈ ਸਵਾਦ ਲੈਣ ਵਾਸਤੇ ਕਰੀ ਜਾਂਦਾ ਕੋਈ ਚੂੰਡੀ ਵੱਡੀ ਜਾਂਦਾ ਜਵਾਬ ਦੇਣੇ ਪੈਂਦੇ ਜਵਾਬ ਦੇਣੇ ਪੈਣਗੇ ਬਟ ਆਈ ਐਗਰੀ ਜਿੰਨਾ ਛੇਤੀ ਇਹਨਾਂ ਦਾ ਨਿਬੇੜਾ ਕਰਾਂਗੇ ਉਨਾ ਛੇਤੀ ਪਾਰਟੀ ਵਜੋਂ ਛੱਡੋ ਸਾਹਿਬ ਪੰਜਾਬ ਵਾਸਤੇ ਬੜਾ ਜ਼ਰੂਰੀ ਹੈ ਇਹ ਇਸ਼ੂਜ਼ ਨਹੀਂ ਤਾਂ ਭਖਦੇ ਰਹਿਣਗੇ ਅੱਜ ਤਾਈਂ ਦੇਖ ਲਓ ਚੱਲੀ ਜਾਂਦੇ ਆ ਆਪਾਂ ਆਪਾਂ ਅਭੀ ਵੀ ਮੰਨ ਕੇ ਚੱਲਦੇ ਹਾਂ ਵੀ ਕੈਪਟਨ ਸਾਹਿਬ ਦੇ ਜੋ ਸਮਰੱਥਾ ਹੈ ਹੀ ਕੈਨ ਟਰਨ ਦ ਟੇਬਲਸ ਹੀ ਹੈਜ਼ ਦੈਟ ਕਪੈਸਿਟੀ ਉਹ ਕਰਨਗੇ ਨਹੀਂ ਕਰਨਗੇ ਗੋਡ ਨੋਸ ਸਟਿਲ ਹੈਜ਼ ਦਾ ਟਾਈਮ ਉਹ ਕਹਿੰਦੇ ਨੇ ਡੁਲੇ ਵੇਰਾਂ ਦਾ ਆਈ ਥਿੰਕ ਜ਼ਿਆਦਾ ਕੁਛ ਨਹੀਂ ਵਿਗੜਿਆ ਸਮਾਂ ਤਾਂ ਨਿਕਲ ਗਿਆ ਡਿਲੇ ਹੋਗੀ ਬਟ ਆਈ ਥਿੰਕ ਵੀ ਸ਼ੁੱਡ ਡੂ ਇਟ ਚਲੋ ਬਹੁਤ ਬਹੁਤ ਧੰਨਵਾਦ ਜਾਖੜ ਸਾਹਿਬ ਤੁਸੀਂ ਇੰਨਾ ਲੰਬਾ ਸਮਾਂ ਸਾਨੂੰ ਦਿੱਤਾ ਵੀ ਥੈਂਕ ਯੂ ਵੈਰੀ ਮੱਚ ਤੁਹਾਨੂੰ ਵੇਟ ਕਰਨਾ ਪਿਆ ਬਟ ਥੈਂਕ ਯੂ ਸੋ ਮਚ ਲਿਖ ਸਾਹਿਬ ਅਤੇ ਸਨ ਸੁਨੀਲ ਜਾਖੜ ਸਾਹਿਬ ਉਮੀਦ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਉਹ ਸਾਰੇ ਸਵਾਲਾਂ ਦੇ ਜਵਾਬ ਨਿਕਲੇ ਹੈਗੇ ਨੇ ਜੋ ਕਿ ਆਏ ਨਹੀਂ ਕਹਾਂਗੇ ਪੱਤਰਕਾਰ ਜਾਂ ਮੀਡੀਆ ਜਾਣਨਾ ਚਾਹੁੰਦਾ ਬਲਕਿ ਆਮ ਜਨਤਾ ਪੰਜਾਬ ਦੀ ਜਨਤਾ ਪੰਜਾਬ ਦਾ ਹਰ ਕਾਂਗਰਸੀ ਵਰਕਰ ਵੀ ਸ਼ਾਇਦ ਸੁਣਨਾ ਚਾਹੁੰਦਾ ਸੀਗਾ ਨਿਖਾਰ ਕੇ ਇਹਨਾਂ ਨੇ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈ ਉਮੀਦ ਕਰਾਂਗੇ ਤੁਹਾਨੂੰ ਪਸੰਦ ਆਏਗੀ ਬਹੁਤ ਬਹੁਤ ਧੰਨਵਾਦ ਵਰਡ ਪੰਜਾਬੀ ਟੀਵੀ ਨਾਲ ਬਣੇ ਰਹੋ ਜਾਖੜ ਸਾਹਿਬ ਤੁਸੀਂ ਕਾਫੀ ਸਿੱਧੇ ਹੋ ਗਏ ਕਾਫੀ ਜ਼ਿਆਦਾ ਤਿੱਖੇ
उन्होंने क्रॉस कर ली ਇਹ ਜਾ ਕੇ ਖੁਦ ਆਪਣੀ ਗਰਦਨ ਉਹਨਾਂ ਦੇ ਹੱਥ 'ਚ ਫੜਾਉਣਾ ਚਾਹੁੰਦੇ ਆ। ਇਹ ਜਿਹੜੀ ਮੰਗ ਉਹਨਾਂ ਨੇ ਗਵਰਨਰ ਕੋਲ ਲਗਾਈ ਸੀ ਉਹ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸੀ, ਉਹ ਕੋਈ ਪਾਰਟੀ ਦੇ ਖਿਲਾਫ ਗੱਲ ਨਹੀਂ ਸੀ। ਜਿਸ ਸ਼ਾਖ ਤੇ ਬੈਠੇ ਹੋ ਉਹ ਸ਼ਾਖ ਨੂੰ ਕੱਟੀ ਜਾਂਦੇ ਹੋ। ਮੈਂ ਤਾਂ ਦਾਤ ਦੇਣਾ ਚਾਹੁੰਦਾ ਦੇਖੋ ਅਮਿਤ ਸ਼ਾਹ ਜੀ ਨੂੰ, ਤੇ ਉਹਨਾਂ ਨੂੰ ਤਾਂ ਤੁਸੀਂ ਦਾਤ ਦੇਤੀ, ਆਪਣੇ ਤਾਂ ਲੀਡਰ ਜ਼ੀਰੋ ਕਰਤੇ ਸਾਂਸਦ ਤੁਸੀਂ। ਪੂਰੇ ਹਿੰਦੁਸਤਾਨ ਦੇ ਅੰਦਰ ਅਦਰ ਦੈਨ ਬੀਜੇਪੀ ਔਰ ਦੇਅਰ ਅਲਾਈਜ਼ ਕਿਸੇ ਇੱਕ ਅਪੋਜੀਸ਼ਨ ਦੇ ਬੰਦੇ ਦੀ ਸਿਕਿਉਰਿਟੀ ਫਰੋਮ ਵਾਈ ਟੂ ਜ਼ੈਡ ਅਗਰ ਐਨਹਾਂਸ ਕੀਤੀ ਗਈ ਹੈ ਉਹ ਸਾਡੇ ਪ੍ਰਤਾਪ ਬਾਜਵਾ ਜੀ ਹੈ। ਇਸ ਗੱਲ ਦਾ ਖਤਰਾ ਹੈ ਬਾਜਵਾ ਸਾਹਿਬ, ਇਹ ਬਾਜਵਾ ਸਾਹਿਬ ਨੇ ਅੱਜ ਤਾਈ ਜਵਾਨ ਤਾਂ ਖੋਲੀ ਨਹੀਂ ਕਿਸੇ ਦੇ ਖਿਲਾਫ, ਸਿਰਫ ਕਾਂਗਰਸ ਦੇ ਖਿਲਾਫ ਜਵਾਨ ਖੋਲੀ ਹੈ। ਸਨੀ ਦਿਓਲ ਇਹਨਾਂ ਦੀ ਗੈਰ ਹਾਜ਼ਰੀ ਪ੍ਰਤਾਪ ਜੀ ਨੂੰ ਦਿਸਦੀ, ਸੁਨੀਲ ਕੰਡੇ ਵਾਂਗੂ ਸੂਲ ਵਾਂਗੂ ਚੁਭਦਾ ਹੈ। ਕੰਡੇ ਵਾਂਗੂ ਸੂਲ ਵਾਂਗੂ ਕਿਉਂ ਨਹੀਂ ਚੁਭੇਗਾ, ਜਦੋਂ ਸੁਨੀਲ ਜਾਖੜ ਨੇ ਐਡੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਐਡੇ ਵੱਡੇ ਇਲਜ਼ਾਮ ਲਾਤੇ ਤਾਂ ਫਿਰ ਉਹ ਸੁਨੀਲ ਜਾਖੜ ਨੂੰ ਚੁਣਨਗੇ ਨਾ, ਉਹਨਾਂ ਨੂੰ ਸਨੀ ਦਿਓਲ ਨੂੰ ਟਾਰਗੇਟ ਕਰਕੇ ਕੀ ਮਿਲਣਾ ਹੈ? ਅਪੋਜੀਸ਼ਨ ਦਾ ਰੋਲ ਨਿਭਾਉਣਾ, ਫਿਰ ਅਪੋਜੀਸ਼ਨ 'ਚ ਜਾ ਕੇ ਬੈਠੋ ਸਾਹਿਬ। ਪਾਰਟੀ ਦੇ ਖਿਲਾਫ ਸੁਨੀਲ ਜਾਖੜ ਦੇ ਖਿਲਾਫ ਬੋਲ ਸਕਦੇ ਹੋ? ਦੇਖੋ ਪ੍ਰਤਾਪ ਬਾਜਵਾ ਤੇ ਸੁਨੀਲ ਜਾਖੜ ਦੇ ਵਿੱਚ ਝਗੜਾ ਕਿਸ ਚੀਜ਼ ਦਾ? ਉਸ ਚੀਜ਼ ਦੀ ਲੜਾਈ ਹੈ ਜੋ ਉਸ ਵਕਤ ਹੁੰਦੀ ਹੈ ਜਦੋਂ ਤੁਹਾਨੂੰ ਬਾਈ ਇਲੈਕਸ਼ਨ ਲਈ ਉੱਥੇ ਉਤਾਰਿਆ ਜਾਂਦਾ ਗੁਰਦਾਸਪੁਰ ਤੋਂ, ਤੁਸੀਂ ਉੱਥੇ ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਹੋ ਅਤੇ ਮੁੱਖ ਮੰਤਰੀ ਜਾ ਕੇ ਪਿਛਲੇ ਚੋਣਾਂ ਦੇ ਵਿੱਚ ਐਲਾਨ ਕਰਕੇ ਆਉਂਦੇ ਵੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਜਾਂ ਪੰਜਾਬ ਦਾ ਮੁੱਖ ਮੰਤਰੀ ਸੁਨੀਲ ਜਾਖੜ ਹੋ ਸਕਦਾ ਹੈ। ਤੁਸੀਂ ਮੇਰੇ ਮੂੰਹ ਕਦੇ ਜਦੋਂ ਵੀ ਇਹਨਾਂ ਨੇ ਚਿੱਠੀਆਂ ਪੱਤਰੀਆਂ ਲਿਖੀਆਂ ਇੱਕ ਵਾਰੀ ਵੀ ਇਹਨਾਂ ਦੇ ਖਿਲਾਫ਼ ਕੋਈ ਗੱਲ ਸੁਣੀ? ਤੁਹਾਡੇ ਖਿਲਾਫ਼ ਕਿਹੜਾ ਉਹਨਾਂ ਨੇ ਦਿੱਤੀਆਂ ਕਰੇ? ਉਹ ਤਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਸਵਾਲ ਚੁੱਕ ਰਹੇ। ਕਹਿ ਰਹੇ ਸੀ ਹੁਣ ਜਾ ਕੇ ਸੋਨੀਆ ਜੀ ਨੂੰ ਮਿਲਾਂਗੇ, ਸੋਨੀਆ ਜੀ ਨੂੰ ਪਹਿਲਾਂ ਜਾ ਕੇ ਮਿਲ ਲੈਂਦੇ, ਕਹਿੰਦੇ ਅਮਿਤ ਸ਼ਾਹ ਜੀ ਨੂੰ ਜਾ ਕੇ ਮਿਲਾਂਗੇ। ਅਮਿਤ ਸ਼ਾਹ ਜੀ ਨੂੰ ਕਿਉਂ ਜਾ ਕੇ ਮਿਲਣਗੇ ਸਾਹਿਬ? ਤੁਸੀਂ ਵੀ ਤਾਂ ਇੱਕ ਲਕਸ਼ਮਣ ਰੇਖਾ ਪਾਰ ਕੀਤੀ ਨਾ? ਮੈਂ ਸਭ ਮੇ ਬੀ ਆਈ ਐਮ ਰੋਂਗ, ਆਈ ਵਿਲ ਅਪੋਲੋਜਾਈਜ਼, ਆਈ ਵਿਲ ਸਟੈਪ ਡਾਊਨ ਇਫ ਦੈਟ ਇਜ਼ ਦ ਰਿਕੁਆਇਰਡ, ਬਟ ਜਿਹੜੀ ਰਿਪੋਰਟ ਮੈਂ ਭੇਜੀ ਹੈ ਆਈ ਵਿਲ ਡਿਫੈਂਡ ਇਟ। ਕੀ ਰਿਪੋਰਟ ਭੇਜੀ ਤੁਸੀਂ? ਆਈ ਜੋ ਤੁਸੀਂ ਪ੍ਰੈਸ ਕਾਨਫਰੰਸ ਕਹੀ ਸਟ੍ਰਿਕਟ ਐਕਸ਼ਨ ਇਹਨਾਂ ਤੇ ਲਿਆ ਜਾਵੇ, ਦੇ ਸ਼ੁੱਡ ਬੀ ਸ਼ੋਨ ਦਾ ਡੋਰ। ਅਗਰ ਅੱਜ ਵੀ ਇਹ ਡਿਸਕੁਆਲੀਫਾਈ ਨਹੀਂ ਹੁੰਦੇ ਫਿਰ ਕਦੋਂ ਹੋਣਗੇ? ਦੇ ਸ਼ੁੱਡ ਬੀ ਡਿਸਕੁਆਲੀਫਾਈਡ। ਪਾਰਟੀ ਤੇ ਸਰਕਾਰ ਦੇ ਵਿੱਚ ਆਪਾਂ ਕਿਹੜੀ ਲਾਈਨ ਡਰਾ ਕਰਦੇ ਹਾਂ ਉਹਦਾ ਮਤਲਬ ਕੀ ਹੁੰਦਾ? ਮੈਂ ਤੁਹਾਨੂੰ ਤਾਂ ਪਾਰਟੀ ਮੰਨ ਕੇ ਚੱਲ ਰਿਹਾ, ਯੂ ਆਰ ਨਾਟ ਦੀ ਗਵਰਨਮੈਂਟ, ਯੂ ਆਰ ਨਾਟ ਕੈਪਟਨ ਅਮਰਿੰਦਰ ਸਿੰਘ। ਦੇਖੋ ਰਾਜ ਧਰਮ ਵੀ ਕੋਈ ਚੀਜ਼ ਹੁੰਦਾ ਨਾ, ਪਾਰਟੀ ਪ੍ਰਤੀ ਗੱਲ ਇੱਕ ਰਾਜ ਧਰਮ ਹੁੰਦਾ ਹੈ। ਠੀਕ ਹੈ MP ਹੈ ਆਪਾਂ, ਕੋਈ ਮੁੱਖ ਮੰਤਰੀ ਨਹੀਂ ਹੋ, ਕੋਈ ਪ੍ਰਧਾਨ ਮੰਤਰੀ ਨਹੀਂ, ਲੇਕਿਨ ਰਾਜ ਧਰਮ ਕੀ ਕਹਿੰਦਾ ਹੈ? ਜਦੋਂ ਐਸੇ ਵੱਡੇ ਤ੍ਰਾਸਦੀ ਹੋ ਗਈ ਇਸ ਮੁੱਦੇ ਨੂੰ ਕਿਵੇਂ ਕੀ ਫਾਈਨਲ ਕੋਰਟ ਪਾਰਟੀ ਹੈ? ਬਿਲਕੁਲ ਬਿਲਕੁਲ, ਉਹਨਾਂ ਦੇ ਮਸਲੇ ਦੇ ਅੰਦਰ ਜਿਹੜੇ ਰਾਜ ਸਭਾ 'ਚ ਬੈਠੇ ਹੈ, ਜਿਹੜੇ ਰਾਜ ਸਭਾ ਦਾ ਸੁੱਖ ਮਾਣ ਰਹੇ ਹੈ, ਉਹਨਾਂ ਦਾ ਤਾਂ ਫੋਰਮ ਹੀ ਪਾਰਟੀ ਹੈ।